ਇਕਰਾਂ ਨੂੰ ਨਾ ਹਰਖ ਹੋਵੇ ਨਾ ਫੁੱਲਾਂ ਨੂੰ ਗਰੂਰ ਐਸੀ ਪੀਏ ਨੈਣਾ ਚੋਂ ਜੀ ਦਾ ਉਤਰੇ ਨਾ ਸਰੂਰ ਨਗ ਜੜ ਜੜ ਕੇ ਸਦਰਾਂ ਦੇ ਤੇਰੇ ਕਦਮਾਂ ਵਿੱਚ ਤਰਾਂ ਵੇ ਆਪਾਂ ਦੋਵੇਂ ਹੋਈਏ ਮੈਂ ਬੀ ਬੀ ਕੁੱਕ ਆ ਏ ਏ ਸਿੰਗਰਾਂ ਤੇ ਮੀ ਸਾਈਡ ਜਿਹੜੀ ਮੇਰੀ ਆਮ ਕੁੱਕ ਵੈਸੇ ਬਾਈ ਦਾ ਬਈ ਕੁਕਿੰਗ ਮੈਂ ਵੀ ਵਧੀਆ ਕਰਦਾ ਵਾਓ ਅਸੀਂ ਢਾਬਾ ਖੋਲਣਾ ਹੀ ਕਿਤੇ ਉੱਤੇ ਥੱਲੇ ਹੋਇਆ ਨਾ ਫਿਲਮਾਂ ਫਲਵਾਲਾ ਕੰਮ ਅਸੀਂ ਢਾਬਾ ਖੋਲਣਾ ਪਤਰਾ ਐਂਡ ਪੁੱਲਰ ਯੈਸ ਕਾਬਾ ਤੂੰ ਵੀ ਕਿਹੜੀ ਹੈ ਜੀ ਚੀਜ਼ ਹੈ ਇੰਡਸਟਰੀ ਦੀ ਜਿਹੜੀ ਤੁਹਾਨੂੰ ਕਈ ਵਾਰੀ ਪਰੇਸ਼ਾਨ ਕਰ ਜਾਂਦੀ ਹੈ ਸਾਰਿਆਂ ਨੂੰ ਪਤਾ ਹੈ ਕਿ ਕੋਈ ਕਿਸੇ ਦਾ ਕਰਮ ਖਾ ਨਹੀਂ ਸਕਦਾ ਭਾਵੇਂ ਸੇਮ ਡੇ ਤੇ ਦੋ ਦੋ ਫਿਲਮਾਂ ਵੀ ਚੱਲੀਆਂ ਸੇਮ ਡੇ ਤੇ ਇਕੱਲੀ ਫਿਲਮ ਵੀ ਨਹੀਂ ਚੱਲੀ ਪਰ ਫਿਰ ਵੀ ਇੱਕ ਮੈਂਟਲ ਪ੍ਰੈਸ਼ਰ ਇੱਕ ਦੂਜੇ ਨੂੰ ਕਈ ਵਾਰੀ ਆਪਾਂ ਦਿੰਦੇ ਆ ਸਾਰੇ ਦਿੰਦੇ ਆ ਕਿ ਐ ਜਾਣ ਕੇ ਉਹਦੇ ਅੱਗੇ ਲਾਤੀ ਉਹਦੇ ਪਿੱਛੇ ਲਾਤੀ ਹਾਂ ਆ ਵੀ ਇੱਕ ਮਸਲਾ ਬਦਲਣਾ ਚਾਹੀਦਾ ਵੀ ਆਪਾਂ ਬਾਲੀਵੁੱਡ ਵਾਂਗੂ ਨਾ ਬਣੀ ਆਪਾਂ ਪੰਜਾਬੀ ਆ ਆਪਣਾ ਬਿਲ ਨੂੰ ਨਾ ਵਡਾਉਣਾ ਚਾਹੀਦਾ ਯਾਰ ਕੋਈ ਨਹੀਂ ਪਰ ਅੱਜ ਮੈਂ ਤੁਹਾਨੂੰ ਬਹੁਤ ਓਕੇ ਓਕੇ ਸਵਾਲ ਪੁੱਛਣੇ ਆ ਪੁੱਛ ਲਓ ਪਰ ਇਕੱਲੇ ਕੋਈ ਐਂਕਰ ਨਹੀਂ ਕੁਛ ਨਹੀਂ ਮੈਂ ਉਸ ਗੱਲ ਤੇ ਰਹਾ ਨਾ ਇਹ ਹੁਣ ਕੀ ਹੋਣਾ ਇੱਥੇ ਕੋਈ ਆਇਆ ਵੀ ਨਹੀਂ ਰਿਹਾ ਕੋਈ ਕੁਝ ਦੱਸ ਵੀ ਨਹੀਂ ਰਿਹਾ ਮੇਰੇ ਕਾਲੀ ਪਾਲਿਸੀ ਤੇ ਚੱਲ ਰਿਹਾ ਹੈ ਪਤਾ ਨਾ ਬੰਦੇ ਵਿਚਾਰੇ ਚਲੋ ਹੈਲੋ ਆ ਗਏ ਤੁਸੀਂ ਸੁਰੀਲੀ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ the cross interview ਤੇ ਅੱਜ ਮੇਰੇ ਨਾਲ ਹੈ ਇੱਕ ਇਹੋ ਜਿਹਾ ਸੁਰੀਲਾ ਕਲਾਕਾਰ ਜਿਨੇ ਜਿਹੜੇ ਕੰਮ ਨੂੰ ਵੀ ਹੱਥ ਪਾਇਆ ਉਹਦੇ ਚੀ ਲੋਕਾਂ ਦਾ ਪਿਆਰ ਪਾ ਲਿਆ ਜਿਹਦੀ ਸੋਨੀ ਸਮਾਈਲ ਦਾ ਹਰ ਕੋਈ ਫੈਨ ਹੈ so please welcome gurnaam puller yes sorry to you guest ਇੱਕ ਇਹੋ ਜਿਹਾ ਹਿਦਾਇਤਕਾਰ ਨੇ ਜਿਨੇ ਆਪਣੀ ਹਰ ਫਿਲਮਾਂ ਨਾਲ ਲੋਕਾਂ ਦਾ ਦਿਲ ਤਾਂ ਜਿੱਤਿਆ ਹੀ ਪਰ ਫਿਲਮਾਂ ਨੂੰ ਵੀ ਸੁਪਰ ਹਿੱਟ ਕੀਤਾ ਹੈ ਉਹਨਾਂ ਦੀ ਹਰ ਫਿਲਮ 'ਚ ਕੁਝ ਅਡ ਕਰੰਬੀ ਜ਼ਿੱਦ ਹੀ ਉਹਨਾਂ ਨੂੰ ਹੋਰਾਂ ਤੋਂ ਅਡ ਬਣਾਉਂਦੀ ਹੈ। ਸੋ ਪਲੀਜ਼ ਵੈਲਕਮ ਪੰਕਜ ਪਤਰਾ ਮੁੱਲਰ ਸਾਹਿਬ ਐਂਡ ਪਤਰਾ ਸਾਹਿਬ। ਤੁਸੀਂ ਆਏ ਰੌਣਕ ਆ ਗਈ। ਤੇ ਹੁਣ ਮੈਨੂੰ ਉਡੀਕ ਹੈ ਤੁਹਾਡੇ ਇੱਕ ਦੂਜੇ ਨੂੰ ਪੁੱਛਣ ਵਾਲੇ ਸਵਾਲਾਂ ਦੀ। ਯਾਨੀ ਕਿ ਇੱਕ ਦੂਜੇ ਦੀ ਇੰਟਰਵਿਊ ਦੀ। ਸੋ ਆਰ ਯੂ ਰੈਡੀ? ਯੈਸ ਵੀ ਆਰ ਰੈਡੀ। ਰੈਡੀ ਹੈ ਜੀ ਰੈਡੀ ਹੈ। ਪਤਰਾ ਸਾਹਿਬ ਨਾ ਓਵਰ ਟੂ ਯੂ। ਮੈਂ ਚੱਕ ਲੈਣਾ ਤੇ ਸਵਾਲ ਸ਼ੁਰੂ ਕਰੀਏ ਜੀ ਇੱਕ ਡਾਇਰੈਕਟਰ ਉੱਪਰੋਂ ਇੰਟਰਵਿਊ ਦੇ ਰਹੇ ਭਾਈ ਪਹਿਲਾ ਸਵਾਲ ਮਤਲਬ ਕਿ ਤੁਸੀਂ ਕਾਫੀ ਇੰਟੈਲੀ ਭਾਈ ਇਹ ਤਾਂ ਪੜ੍ਹ ਕੇ ਬੋਲਾਂਗੇ ਨਹੀਂ 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 ਪੜ੍ਹ ਕੇ ਨਹੀਂ ਬੋਲਾਂਗਾ ਵਧੀਆ ਬੋਲਾਂਗਾ ਲਿਖੇ ਹੋਏ ਸਵਾਲ ਵੀ ਪੁੱਛਣਾ ਚਾਹੀਦਾ ਇੰਦਾ ਦਾ ਮੈਂ ਲਿਖ ਕੇ ਰੱਖੇ ਤੁਸੀਂ ਡਿਸਟ੍ਰਿਕਟ ਦਾ ਟਾਪ ਕੀਤਾ ਹੈ ਗ੍ਰੈਜੂਏਸ਼ਨ 'ਚ ਵੀ ਵਧੀਆ ਰਹੇ ਮਤਲਬ ਆ ਇੰਨਾ ਸਾਰਾ ਟੈਲੈਂਟ ਸਿੰਗਰ ਵੀ ਕਿੱਦਾਂ ਮੈਨੇਜ ਕਰ ਰਹੇ ਹੋ ਅੱਜਕੱਲ ਉਹ ਬਸ ਕਰ ਰਿਹਾ ਔਖਾ ਸੱਕਾ ਡਾਇਰੈਕਟਰ ਮਿਲ ਜਾਂਦੇ ਤਾਂ ਡੇਰ ਕੇ ਮੈਨੂੰ ਪੜਾਈ ਕਿੱਦਾਂ ਕਰ ਲਈ ਅੱਧੇ ਫਿੰਗਰ ਪੰਜਾਬ ਦੇ ਕਹਿੰਦੇ ਨਹੀਂ ਬਣਾ ਨਹੀਂ ਘਰ ਚ ਨਾ ਕਹਿ ਲੋ ਕਿ ਦੋ ਤਰ੍ਹਾਂ ਦੀ ਜਿਵੇਂ ਵਾਰ ਚੱਲਦੀ ਸੀ ਮੇਰੇ ਫਾਦਰ ਸਾਹਿਬ ਇਹ ਚਾਹੁੰਦੇ ਸੀ ਕਿ ਮੈਂ ਆਰਟਿਸਟ ਬਣਾ ਮੈਂ ਆਰਟ ਚੱਗੇ ਜਾਵਾਂ ਹੂੰ ਮੇਰੇ ਮੰਮਾ ਨੂੰ ਇਹ ਸੀਗਾ ਕਿ ਵੀ ਇਹ ਪੜ੍ਹੇ ਹਨਾ ਕਿਤੇ ਦੇਤੇ ਉਸ ਸਟੈਂਪ ਨਾ ਲੱਗ ਜੇ ਕਿ ਪੜਿਆ ਨਹੀਂ ਹੂੰ ਤੇ ਚੁੱਪ-ਚੁੱਪ ਕੇ ਬਣਾਇਆ ਕਿ ਬਸ ਖੇਚਾ ਤਾਂ ਕਰ ਨਹੀਂ ਐਦਾਂ ਚੁੱਪਕੇ ਨਹੀਂ ਪਰ ਮੰਮਾ ਦੀ ਇਹ ਕਹਿ ਲੋ ਵੀ ਫਰਸਟ ਪ੍ਰਾਇੋਰਟੀ ਸੀ ਕਿ ਤੂੰ ਮਾਸਟਰ ਡਿਗਰੀ ਤੇਰੇ ਹੱਥ 'ਚ ਹੋਣੀ ਚਾਹੀਦੀ ਆ ਫਿਰ ਤੂੰ ਪੜਿਆ ਲਿਖਿਆ ਸਿੰਗਰ ਹੋਣਾ ਚਾਹੀਦਾ ਪੜਿਆ ਲਿਖਿਆ ਸਿੰਗਰ ਹੋਣਾ ਚਾਹੀਦਾ ਸਹੀ ਹੈ ਤਾਂ ਬਸ ਉਸ ਚੱਕਰ 'ਚ ਮੈਂ ਦੋਨੋਂ ਨੂੰ ਖੁਸ਼ ਕਰਨ ਦੇ ਚੱਕਰ 'ਚ ਪੜਾਈ ਵੀ ਮੈਨੂੰ ਪੜਨੀ ਮੈਂ ਨਹੀਂ ਸੀ ਤੇ ਨਾਲ ਸਿੰਗਿੰਗ ਦਾ ਸ਼ੌਕ ਸੀਗਾ ਸਹੀ ਹੈ ਜੀ ਤੇ ਤੁਸੀਂ ਕਦੀ ਐਂ ਜ਼ਿਕਰ ਕੀਤਾ ਸੀਗਾ ਕਿ ਬਈ ਬੰਦੇ ਦਾ ਕੋਈ ਬੈਕਅਪ ਪਲਾਨ ਹੋਣਾ ਚਾਹੀਦਾ ਹੈ ਜਾਂ ਇਦਾਂ ਦਾ ਤੇ ਜੇ ਕੁਝ ਨਾ ਹੁੰਦੇ ਸਿੰਗਿੰਗ ਤੇ ਕੀ ਬੈਕਅਪ ਪਲਾਨ ਹੁੰਦਾ ਤੁਹਾਡਾ ਬਾਇ ਨਹੀਂ ਚਾਹ। ਸੋ ਐਸੇ ਤਾਂ ਪੱਕਾ ਹੀ ਪਤਾ ਸੀਗਾ ਤੁਸੀਂ ਸਿੰਗਰ ਹੋਣਾ ਡਾਇਮੰਡ ਤੋਂ। ਬਟ ਫਿਰ ਵੀ ਬੈਕਅਪ ਪਲਾਨ ਭਾਈ ਇਹ ਹੀ ਸੀਗਾ ਮੇਰੀ ਮਤ ਅਸੀਂ 6 ਭਰਾ ਸਾਰੀ ਜੁਆਇੰਟ ਫੈਮਿਲੀ ਐ ਤਿੰਨ ਪਾਇਆ ਜੀ ਮੇਰੇ ਤੋਂ ਬਾਕੀ ਸਾਰੇ ਪੁਲਿਸ ਚ ਨੇ ਪੰਜਾਬ ਪੁਲਿਸ ਚ ਨੇ। ਸੋ ਮੇਰੀ ਵੀ ਉਹ ਮੈਨੂੰ ਵੀ ਤਿਆਰੀ ਤੁਰੀ ਤਾਂ ਕਰਨੀ ਸ਼ੁਰੂ ਕਰਤੀ ਸੀ ਮੈਂ ਵੀ ਰੇਸ ਕੰਪਲੀਟ ਕਰਨੀ 4.5 ਮਿੰਟ ਜਿਹੜੀ ਹੁੰਦੀ ਹੈ ਨਾ ਮੈਂ ਤਿਆਰੀ ਗਰਾਊਂਡ ਦੀ ਕਰਨ ਲੱਗ ਪਿਆ ਸੀਗਾ ਵੀ ਜੇ ਕਿਤੇ ਇੱਧਰ ਨਾ ਬਣਿਆ ਤਾਂ ਫਿਰ ਉਹ ਤਾਂ ਪਤਾ ਹੀ ਹੈ ਵੀ ਉੱਧਰ ਜਾਣਾ ਹੀ ਜਾਣਾ ਬਹੁਤ ਬੰਦੇ ਦੀ ਖੜਗਾਈ ਕਰਨੀ ਸੀ ਮੈਂ ਨਹੀਂ ਕਿਸੇ ਨੂੰ ਕੁਝ ਕਹਿਣਾ ਜਾ ਜਾ ਯਾਰ ਕੋਈ ਗੱਲ ਨਹੀਂ ਅਗਲੀ ਵਾਰੀ ਦੇਖ ਲਈ ਸਹੀ ਹੈ ਸਹੀ ਹੈ ਥੋੜਾ ਜਿਹਾ ਮਤਲਬ ਵੈਸੇ ਤਾਂ ਮੈਂ ਕੀ ਪੁੱਛਣਾ ਕਿ ਪਰ ਫਿਰ ਵੀ ਤੁਹਾਡਾ ਆਪਣਾ ਪਰਸਪੈਕਸ਼ਨ ਕਿ ਜਦੋਂ ਉਫੜ ਜੀ ਦੀ ਸਕ੍ਰਿਪਟ ਆਈ ਸੀਗੀ ਜੀ ਤਾਂ ਇੱਕ ਬੰਦਾ ਐਜ਼ ਐਨ ਐਕਟਰ ਆਪਣਾ ਕੁਝ ਕੈਰੈਕਟਰ ਇਕ ਰੈਡੀ ਕਰਦਾ ਹੈ ਕੁਝ ਮੈਥਡ ਰੈਡੀ ਕਰਦਾ ਚਲੋ ਮੈਂ ਐਜ਼ ਐਨ ਡਾਇਰੈਕਟਰ ਜਾਂ ਰਾਈਟਰ ਜਾਂ ਟੀਮ ਦਾ ਇੱਕ ਫੀਡਬੈਕ ਦਿੰਦੀ ਹੈ ਐ ਐਕਟਰਸ ਨੂੰ ਬਟ ਸtill ਇੱਕ ਮਾਈਂਡ ਤੇ ਜਦੋਂ ਤੁਸੀਂ ਸੈੱਟ ਤੇ ਆਨੇ ਉਹ ਤੁਸੀਂ ਸੋਚਦੇ ਹੋਵੋਗੇ ਨਾ ਕਿ ਯਾਰ ਇਹ ਕੈਰੈਕਟਰ ਨੂੰ ਮੈਂ ਕੁਝ ਐਦਾਂ ਕਰਨਾ ਹੈ ਮੈਂ ਨਹੀਂ ਜਦੋਂ ਆਪਣੀ ਆਪਾਂ ਡਿਸਾਈਡ ਕਰ ਰਹੇ ਸੀ ਨਾ ਮੈਂ ਕਿਸੇ ਕੈਰੈਕਟਰ ਨੂੰ ਮਿਲਿਆ ਸੀ ਸਰਸੇ ਚ ਅੱਛਾ ਤੇ ਉਹ ਬੰਦਾ ਨਾ ਜਿਵੇਂ ਇੱਕ ਹੁੰਦਾ ਕਿ ਇੱਕ ਹੁੰਦਾ ਕਲੇਵਰ ਹੁੰਦਾ ਬੰਦਾ ਇੱਕ ਨਾ ਸਮਾਰਟ ਹਨਾ ਪਿੰਡਾਂ ਚ ਵੀ ਸਮਾਰਟ ਜਿਹੜੇ ਬੰਦੇ ਪਰਿਵਾਰਾਂ ਚ ਨਾ ਉਹਨਾਂ ਹਰ ਚੀਜ਼ ਦਾ ਪਤਾ ਹੁੰਦਾ ਹਰ ਚੀਜ਼ ਦਾ ਜਵਾਬ ਦੇਣਾ ਆਉਂਦਾ ਹਰ ਚੀਜ਼ ਨੂੰ ਸਮਝਣਾ ਆਉਂਦਾ ਹੂੰ ਕਈ ਵਾਰੀ ਉਹ ਥੋੜੀ ਗੱਲ ਕਰਦੇ ਆ ਪਰ ਬਹੁਤ ਬਹੁਤ ਸਾਰੇ ਫਿੱਕੇ ਪਾ ਦਿੰਦੇ ਆ ਹਨਾ ਮੈਂ ਕਿਤਨੇ ਕਿਤੇ ਚੰਨ ਨੂੰ ਉਹ ਪ੍ਰੈਜ਼ੈਂਟ ਕੀਤਾ ਵੀ ਹੈ ਬਿਲਕੁਲ ਬਿਲਕੁਲ ਮੈਂ ਕੁਝ ਅਲੱਗ ਕਰਨਾ ਚਾਹੁੰਦਾ ਸੀ ਕਿ ਕਿਤੇ ਨਾ ਕਿਤੇ ਗੁਰਨਾਮ ਦੀ ਮਿਸ ਨਾ ਹੋਵੇ ਉਹਦੇ ਚੋਂ ਕਿ ਮੈਂ ਇੱਕਦਮ ਬਹੁਤ ਅਲਾਨਦਰ ਸ਼ੇਡ ਤੇ ਜਾਊਗਾ ਤਾਂ ਸ਼ਾਇਦ ਆਡੀਅנס ਲਈ ਔਖਾ ਲੱਗੂ ਕਿ ਗੁਰਨਾਮ ਦੇ ਵਿੱਚ ਰਹਿ ਕੇ ਮੈਂ ਕੋਈ ਨੀ ਕਰਨੀ ਆ ਅਲੱਗ ਕਿੱਦਾਂ ਕੀਤਾ ਪਰ ਮੈਂ ਉਹ ਕਰੈਕਟਰ ਨੂੰ ਬਹੁਤ ਫਾਲੋ ਕੀਤਾ ਪਰ ਬਹੁਤ ਵਧੀਆ ਕੀਤਾ ਜਿੰਨਾ ਵੀ ਟ੍ਰੇਲਰ 'ਚ ਫੀਡਬੈਕ ਆ ਰਿਹਾ ਬੱਲੇ ਬੱਲੇ ਚਲੋ ਵਾਈਗਰੂ ਤੇ ਆਪਣੇ ਲਈ ਸੁਪਰ ਤੇ ਮਤਲਬ ਮੈਂ ਸੁਣਿਆ ਹੈ ਕਿ ਤੁਸੀਂ ਦੋ ਪਰਸਨੈਲਿਟੀਆਂ ਹੈ ਜਿਨ੍ਹਾਂ ਤੇ ਬੜਾ ਇਨਸਪਾਇਰ ਹੋ ਇੱਕ Nusrat Fateh Ali Khan ਸਾਹਿਬ ਤੇ ਇੱਕ Michael Jackson ਜੀ ਦੋਨੋਂ ਹੀ ਬਹੁਤ ਹੀ ਅਲੱਗ ਹੈ ਇਨ ਦ ਸੈਂਸ ਲੱਗ ਕੇ ਇਧਰ ਇਕ ਇਧਰ ਇਨ ਦ ਸੈਂਸ ਆਫ ਦੋਨੋਂ ਆਪਣੇ ਆਪਣੀ ਜਗ੍ਹਾ ਤੇ ਮਤਲਬ ਉਹਨਾਂ ਤੋਂ ਉੱਪਰ ਕੋਈ ਹੈ ਨਹੀਂ ਬਟ ਸਟਿਲ ਦੋਨਾਂ ਦਾ ਇੱਕ ਬੜਾ ਅਲੱਗ ਸਿਨੈਰੀਓ ਹੈ ਨੂਸਰ ਸਾਹਿਬ ਨੂੰ ਮੈਂ ਜੀ ਸੁਣਨਾ ਸ਼ੁਰੂ ਕੀਤਾ ਆਪਦੇ ਮਤਲਬ 10th ਤੋਂ ਬਾਅਦ ਮੈਂ ਪ੍ਰੋਪਰਲੀ ਉਹਨਾਂ ਨੂੰ ਸੁਣਿਆ ਫਾਲੋ ਕੀਤਾ ਪਹਿਲਾਂ ਸਾਰੇ ਬਹੁਤ ਗੱਲ ਕਰਦੇ ਹੁੰਦੇ ਸੀ ਉਦੋਂ ਮੈਨੂੰ ਨੂਸਰ ਸਾਹਿਬ ਸਮਝ ਨਹੀਂ ਆਉਂਦੇ ਸੀ ਉਦੋਂ ਮੈਨੂੰ ਕਲਾਸਿਕਲ ਜੇ ਸੈਮੀ ਕਲਾਸਿਕਲ ਵਧੀਆ ਨਹੀਂ ਲੱਗਦਾ ਸੀ ਪਰ ਆਫਟਰ ਜਦੋਂ ਮੈਂ 뮤זיਕ ਥੋੜਾ ਥੋੜਾ ਸਿੱਖਣ ਲੱਗ ਗਿਆ ਜਦੋਂ ਮੈਂ 뮤זיਕ ਦੀ ਸਟੱਡੀ ਕੀਤੀ ਤਾਂ ਫਿਰ ਮੈਂ ਉਹਨਾਂ ਦੀ ਕੰਪੋਜੀਸ਼ਨ ਸੁਣਦਾ ਫਿਰ ਮੈਨੂੰ ਯਾਰ ਵੀ ਇੰਨਾ ਕ੍ਰੀਏਟਿਵ ਇੰਨਾ ਗ੍ਰੈਂਡ ਬੰਦਾ ਕਿੱਦਾਂ ਹੋ ਸਕਦਾ ਐਜ਼ ਅ ਕੰਪੋਜ਼ਰ ਸਹੀ ਗੱਲ ਹੈ ਤਾਂ ਫਿਰ ਮੈਨੂੰ ਜਦ ਜਦ ਵੀ ਮੈਂ ਉਹਨਾਂ ਦੇ ਕੋਈ ਕੰਪੋਜੀਸ਼ਨ ਸੁਣਦਾ ਸੀਗਾ ਤਾਂ ਮੈਨੂੰ ਹੋਰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਸੀ ਵੀ ਆਪਣੇ ਆਪ ਦੀ ਉਹ ਇੱਕ ਬੁੱਕ ਹੈ ਉਹਨਾਂ ਦੇ ਤੁਸੀਂ ਕੰਪੋਜੀਸ਼ਨ ਸੁਣ ਲਓ ਤਾਂ ਮੈਂ ਬਹੁਤ ਸਾਰਾ ਮੇਰੀਆਂ ਕੰਪੋਜੀਸ਼ਨ ਕਿਤਨਾ ਕਿਤੇ ਮੈਨੂੰ ਤਾਂ ਬਹੁਤ ਇਨਸਪਾਇਰ ਆ ਔਰ ਮਾਈਕਲ ਜੈਕਸਨ ਸਾਰਿਆਂ ਲਈ ਮੈਨੂੰ ਲੱਗਦਾ ਕਿ ਉਸ ਤੋਂ ਵੱਡਾ ਸਟਾਰ ਉਸ ਤੋਂ ਵੱਡਾ ਆਰਟਿਸਟ ਕੋਈ ਹੈ ਨਹੀਂ ਉਹਨਾਂ ਦਾ ਲਾਈਵ ਐਕਟ ਜਿਹੜਾ ਵੀ ਮੈਨੂੰ ਮੇਰਾ ਹਮੇਸ਼ਾ ਇੱਕ ਡ੍ਰੀਮ ਰਿਹਾ ਕਿ ਯਾਰ मतलब वेंबले एरिना और ओ और हमेशा ਜਦੋਂ ਸਾਡੇ ਪੰਜਾਬੀ ਮੁੰਡੇ ਬਾਹਰ ਸ਼ੋਜ਼ ਕਰਨ ਜਾਂਦੇ ਤਾਂ ਬਹੁਤ ਘੱਟ ਐਸੇ ਸਿੰਗਰ ਨੇ ਜਿਨ੍ਹਾਂ ਨੂੰ ਪੰਜਾਬੀ ਛੱਡ ਕੇ ਹੋਰ ਕਮਿਊਨਿਟੀ ਸੁਣਨ ਆਵੇ ਪਰ ਮਾਈਕਲ ਜੈਕਸਨ ਇੱਕ ਐਹ ਜੇ ਆਰਟਿਸਟ ਸੀਗੇ ਕਿ ਜਿਨ੍ਹਾਂ ਨੂੰ મતલਬ ਇੰਡੀਆ ਇੰਡੀਆ ਇੰਡੀਅਨਸ ਵੀ ਲਾਈਕ ਕਰਦੇ ਸੀ ਗੋਰੇ ਵੀ ਲਾਈਕ ਕਰਦੇ ਸੀ ਕਾਲੇ ਵੀ ਲਾਈਕ ਕਰਦੇ ਸੀ ਸੋ ਉਹ ਚੀਜ਼ ਦਾ ਮੈਨੂੰ ਹੈ ਕਿ ਇੱਕ ਐਦਾਂ ਦਾ ਸਟੇਜ ਐਕਟ ਤਿਆਰ ਕੀਤਾ ਜਾਵੇ ਜਿਹਦੇ ਵਿੱਚ ਉਹਨਾਂ ਦੀ ਪਰਫਾਰਮੈਂਸ اور ਸਟੇਜ اور ਤੁਹਾਡੀ ਲੈਂਗੁਏਜ ਤੋਂ ਲੈਂਗੁਏਜ ਦਾ ਦਾਇਰਾ ਛੱਡ ਕੇ ਲੋਕ ਤੁਹਾਨੂੰ ਦੇਖਣ ਹੋਰ ਨਾਲ ਜੁੜਨ ਲੋਕ ਹੋਰ ਕਮਿਊਨਿਟੀਜ਼ ਨਾਲ ਜੁੜਨ ਉਹ ਮੈਂ ਹਮੇਸ਼ਾ ਟਰਾਈ ਕਰਦਾ ਆ ਆਪਾਂ ਜਰੂਰ ਐਕਸਪੈਕਟ ਕਰਨਾ ਹੈ ਕਿ ਵੈਂਬਲ ਇਸ ਸੱਚਾ ਹੋਵੇ ਵੱਡੀ ਜੀ ਸਟੇਜ ਹੋਵੇ ਇੱਕ ਬੰਦੇ ਨੇ ਕਲਰਫੁਲ ਕੱਪੜੇ ਪਾ ਕੇ ਲਾਈਟਰ ਲੁਈਟਰ ਠਾ ਐਂਟਰੀ ਮਾਰੀ ਲਓ ਜੀ ਸਾਡਾ ਆਪਣਾ ਬੰਦਾ ਆ ਗਿਆ ਆਊਗਾ ਆਊਗਾ ਉਹ ਵੀ ਟਾਈਮ ਆਊਗਾ ਮੈਂ ਰੱਬ ਨੇ ਚਾਹਿਆ ਤੇ ਇੱਥੇ ਪਹੁੰਚ ਗਏ ਤੇ ਉੱਥੇ ਵੀ ਪਹੁੰਚਾਂਗੇ ਸਹੀ ਹੈ ਸਟਾਰ ਬਣਨ ਤੋਂ ਪਹਿਲੇ ਜਿਹੜੀਆਂ ਰਿਸ਼ਤੇਦਾਰੀਆਂ ਤੁਸੀਂ ਸੀਗੇ ਅ ਮਤਲਬ ਅੱਜ ਉਹਨਾਂ ਨੂੰ ਉਹ ਨਾਲ ਹੈ ਯਾਰ ਦੋਸਤ ਆ ਜਾਂ ਉਹਨਾਂ ਨਾਲ ਹਜੇ ਵੀ ਤੁਹਾਡੀ ਬੌਂਡਿੰਗ ਕਿੱਦਾਂ ਦੀ ਹੈ ਮੇਰੇ ਸਾਰਿਆਂ ਨਾਲ ਐਜ਼ ਇਟ ਇਜ਼ ਹੀ ਹੈ ਜੀ ਈਵਨ ਕਿ ਮੇਰੇ ਨਾਲ ਜਿਹੜੇ ਅਸੀਂ ਸਾਰੇ ਮੇਰੀ ਟੀਮ ਵੀ ਉਹੀ ਅਸੀਂ ਸਾਰੇ ਇਕੱਠੇ ਸਕੂਲ 'ਚ ਇਕੱਠੇ ਪੜੇ ਫਿਰ ਕਾਲਜ 'ਚ ਇਕੱਠੇ ਹੋ ਗਏ ਹੂੰ ਤੇ ਰਿਸ਼ਤੇਦਾਰੀ ਚ ਜੀ ਮੇਰੇ ਮਮਾ ਪਾਪਾ ਬਹੁਤ ਬਲੀਵ ਕਰਦੇ ਆ ਜੋਇੰਟ ਫੈਮਲੀ ਜੋੜ ਕੇ ਰੱਖਣ ਚ ਤਾਂ ਮੈਨੂੰ ਲੱਗਦਾ ਕਿ ਸਾਡੀ ਰਿਸ਼ਤੇਦਾਰੀ ਵੀ ਟੱਚ ਵੁੱਡ ਬਹੁਤ ਵਧੀਆ ਸਾਰਿਆਂ ਦਾ ਪਿਆਰ ਆਸ਼ੀਰਵਾਦ ਔਰ ਮੇਰੇ ਮੇਰੇ ਫਾਦਰ ਸਾਹਿਬ ਬਹੁਤ ਬਲੀਵ ਕਰਦੇ ਆ ਕਿ ਦੁਆ ਵੀ ਲੱਗਦੀ ਔਰ ਬਦਦੁਆ ਵੀ ਲੱਗਦੀ ਆ ਮੈਨੂੰ ਅਕਸਰ ਕਹਿੰਦੇ ਦੁਆਵਾਂ ਲਿਆ ਕਰ ਸਾਰਿਆਂ ਦੀ ਸਹੀ ਗੱਲ ਹੈ ਸੋ ਕਾਮਯਾਬੀ ਦੇ ਵਿੱਚ ਕਿਸਮਤ ਤੁਹਾਡੀ ਮਿਹਨਤ ਵਾਇਗਰੂ ਦੀ ਕਿਰਪਾ ਦੁਆਵਾਂ ਨਹੀਂ ਨਹੀਂ ਮੈਂ ਹਮੇਸ਼ਾ ਦੇਖਿਆ ਹੈ ਤੁਹਾਡੇ ਨਾਲ ਹੁਣ ਵੀ ਜਿੰਨੇ ਮੁੰਡੇ ਚੱਲਦੇ ਆ ਤੇ ਉਹ ਸਾਰੇ ਪੁਰਾਣੇ ਦੋਸਤ ਐ ਤੁਹਾਡੇ ਕਾਲਜ ਦੇ ਦੋਸਤ ਐ ਜਿੰਨੇ ਆਪਣੀ ਫਿਲਮ ਦਾ ਮਿਊਜ਼ਿਕ ਕੀਤਾ ਜੀ ਅਸੀਂ ਕਾਲਜ ਇਕੱਠੇ ਸੀ ਡਾਡ ਡਰ ਲਾਇਦਾ ਮੈਂ ਕਿਹਾ ਯਾਰ ਤੇਰਾ ਨਾਮ ਬਦਲ ਲਾ ਡਾਡ ਕਰ ਲਓ ਤੇ ਉਹਦੇ ਅਸੀਂ ਇਕੱਠੇ ਮਤਲਬ ਸਟੂਡੀਓ ਜਦੋਂ ਉਹਨੇ ਨਵਾਂ ਨਵਾਂ ਪ੍ਰੋਗਰਾਮਿੰਗ ਸ਼ੁਰੂ ਕੀਤੀ ਮੈਂ ਆਪਦੀ ਬੀਏ ਖਤਮ ਕਰ ਰਿਹਾ ਸੀਗਾ ਤਾਂ ਅਸੀਂ ਇਕੱਠੇ ਜੈਮਿੰਗ ਕਰਦੇ ਹੁੰਦੇ ਸੀ ਕਲਾਸ ਕਲਾਸਰੂਮ ਚ ਤਾਂ ਹੁਣ ਕਲਾਸਰੂਮ ਤੋਂ ਲੈ ਕੇ ਫਿਲਮ ਦੇ ਮਿਊਜ਼ਿਕ ਤੱਕ ਅਸੀਂ ਇਕੱਠੇ ਆਂ ਔਰ ਸੁਪਰ ਹਿੱਟ ਮਤਲਬ ਗੁੱਡੀਆਂ ਬਟੋਲੇ ਦੇ ਗਾਣੇ ਵੀ ਸੁਰਕੀ ਬਿੰਦੀ ਦੇ ਗਾਣੇ ਵੀ ਤੇ ਸਾਰੀ ਸਾਡੀ ਉਹੀ ਟੀਮ ਹੈ ਜੀ ਡਾਇਮੰਡ ਨੇ ਅਸੀਂ ਇਕੱਠੇ ਨੇ ਕੰਪੋਜ਼ ਕੀਤਾ ਬਣਾਇਆ ਉਹਦਾ ਸਟੂਡੀਓ ਚ ਤੋਂ ਫਾਈਨਲੀ ਹੁਣ ਮੈਨੂੰ ਆਈ ਸੀਗਾ ਕਿ ਯਾਰ ਹੁਣ ਇਹਦੀ ਵਾਰੀ ਆ ਇਹਨੂੰ ਵੀ ਨਹੀਂ ਫੁੱਫੜੀ ਦੇ ਗਾਣੇ ਵੀ ਉਹਨੇ ਬਹੁਤ ਵਧੀਆ ਬਣਾਇਆ ਹਰ ਚੀਜ਼ ਤੁਸੀਂ ਡੌਟ ਦਾ ਕਿਹੜਾ ਫੇਵਰਟ ਆ ਜਿਹੜਾ ਤੁਸੀਂ ਸੁਣਾ ਸਕਦੇ ਹੋ ਸਾਬ੍ਹ ਬਾਈਸ ਤਾਂ ਉਹਨੇ ਕਹਣਾ ਮੇਰੇ ਸਾਰੇ ਫੇਵਰਟ ਆ ਮੈਂ ਬਣਾਇਆ ਮੈਂ ਇਨੀ ਮਿਹਨਤ ਕੀਤੀ ਤੇ ਨਹੀਂ ਮਰ ਨੂੰ ਰੋਮਾਂਟਿਕ ਗਾਣ ਕਿਕਰਾਂ ਨੂੰ ਨਾ ਹਰਖ ਹੋਵੇ ਨਾ ਫੁੱਲਾਂ ਨੂੰ ਗਰੂਰ ਐਸੇ ਪੀਏ ਨੈਣਾ ਚੋਂ ਜੀ ਦਾ ਉਤਰੇ ਨਾ ਸਰੂਰ ਨਗ ਜੜ ਜੜ ਕੇ ਸਦਰਾਂ ਦੇ ਤੇਰੇ ਕਦਮਾਂ ਵਿੱਚ ਤਰਾਂ ਵੇ ਆਪਾਂ ਦੋਵੇਂ ਹੋਈਏ ਲਬ ਐਸਾ ਦੇਸ ਗਰਾਂ ਵੇ ਆਪਾਂ ਦੋਵੇਂ ਹੋਈਏ ਨਾ ਤੀਜਾ ਕੋਈ ਨਾ ਵਿਆਪਾ ਕੀ ਬਾਤ ਹੈ ਕੀ ਬਾਤ ਹੈ ਮੈਂ ਤਾਂ ਤੜੀ ਮਾਰੂ ਬਹੁਤ ਥ੍ਰਿਲਰ ਆਇਆ ਭਾਜੀ ਮਤਲਬ ਮਜ਼ਾ ਆ ਗਿਆ ਮਤਲਬ ਆਪਣੀ ਪਿਕਚਰ ਆਪਾਂ ਆਪਣੀ ਤਰੀਫ ਆਪ ਕਰ ਲਾਂਗੇ ਯਾਰ ਇਸ ਚ ਕੀ ਹੈ ਨਹੀਂ ਪਰ ਮੈਂ ਭਾਜੀ ਨਾ ਜਿੰਨੇ ਸ਼ਾਰਟ ਚੀਜ਼ਾਂ ਚ ਆਪਾਂ ਅੱਜ ਮੈਂ ਗਾਣਾ ਦੇਖਿਆ ਵੀਡੀਓ ਹਾਂ ਉਹ ਕਿਉਂਕਿ ਆਬਵੀਅਸਲੀ ਕੋਵਿਡ ਦਾ ਵੀ ਆਪਾਂ ਨੂੰ ਬਹੁਤ ਧਿਆਨ ਰੱਖਣਾ ਪਿਆ ਪਰ ਗਾਣਾ ਬਹੁਤ ਗ੍ਰੈਂਡ ਲੱਗ ਰਿਹਾ ਟੱਚ ਵਟ ਬਹੁਤ ਵਧੀਆ ਲੱਗ ਰਿਹਾ ਜਲਦੀ ਜੇ ਇੰਟਰਵਿਊ ਆਏ ਜਦੋਂ ਆਊਗੀ ਸ਼ਾਇਦ ਆ ਹੀ ਗਿਆ ਹੋਵੇ ਬਿਲਕੁਲ ਆ ਗਿਆ ਹੋਊਗਾ ਤੇ ਆਪਾਂ ਖਿੱਚ ਕੇ ਚਲਾਵਾਂਗੇ ਸੱਚੀ ਮੇਰਾ ਫੀਲ ਬਹੁਤ ਅੱਛਾ ਆਇਆ ਫੀਲ ਟੱਚ ਹੋ ਗਿਆ ਟੱਚ ਹੋ ਗਿਆ ਔਰ ਤੁਸੀਂ ਜਿਹੜੀ ਵੇਰੀਏਸ਼ਨ ਚ ਗਾਣੇ ਗਾਏ ਹੈ ਨਾ ਸਾਰੇ ਇਨ ਦ ਸੈਂਸ ਕੀ ਪੈਪੀ ਨੰਬਰ ਤੇ ਕੀ ਡਾਂਸਿੰਗ ਨੰਬਰ ਤਾਂ ਮੇਰਾ ਪਰਸਨਲ ਫੇਵਰੇਟ ਟਾਈਟਲ ਟਰੈਕ ਹੈ ਫੁੱਫੜ ਦੀ ਟਾਈਟਲ ਟਰੈਕਸ ਬਣਾ ਦਿਓ ਅਸੀਂ ਤਾਂ ਸੁਣਨ ਆਲੇ ਚਾਹਾਂ ਆਹ ਪੱਚੀਆਂ ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ ਜਿੱਥੇ ਵੀ ਪਰੌਣਾਂ ਫਸਾਈਆਂ ਕੁੰਡੀਆਂ ਫਸ ਗਈ ਗਰਾਰੀ ਹੁੰਦੀ ਮਾੜੀ ਜੱਟਾਂ ਦੀ ਅਣਖ ਬਣਾਈ ਰੱਬ ਲਾੜੀ ਜੱਟਾਂ ਦੀ ਆਹ ਬਣਦਾ ਨਹੀਂ ਖੋਇਆ ਕਦੇ ਜਾਲੀ ਦੁੱਧ ਤੋਂ ਹਾਂਜੀ ਜਾਲੀ ਦੁੱਧ ਤੋਂ ਕੀ ਬਾਤ ਹੈ ਫੁੱਫੜਾ ਵੀ ਟੌਰਿਆ ਪਛਾਣ ਮੱਡ ਤੋਂ ਆ ਪਫੜਾਂ ਦੀ ਟੌਰ ਆਪਸ਼ਾਨ ਮੋੜ ਤੋਂ ਹਾਂਜੀ ਪਫੜਾਂ ਦੀ ਟੌਰ ਆਪਸ਼ਾਨ ਮੋੜ ਤੋਂ ਡੌਡਲੀ ਤੜੀਆਂ ਬਣਦੀ ਹੈ ਜਿਹਨਾਂ ਨੇ ਸਾਡੇ ਜਿਨ੍ਹਾਂ ਨੇ ਵੀ ਲਿਖਿਆ ਟੋਲ ਦਾ ਕੰਮ ਕੀਤਾ ਉਹ ਪਾ ਲਈ ਅਸੀਂ ਉਹਨਾਂ ਦਾ ਮੈਂ ਸਪੈਸ਼ਲੀ ਮੈਂਸ਼ਨ ਕਰਨਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਾ ਲਈ ਨਹੀਂ ਓਵਰ ਆਲ ਤੁਹਾਡੀ ਜਿੰਨੀ ਵੀ ਡਾਇਮੰਡ ਸਟਾਰ ਦੀ ਟੀਮ ਹੈ ਜੀ ਜੋ ਵੀ ਤੁਹਾਡਾ ਇੱਕ ਫੀਲ ਹੈ ਟੱਚ ਉਹ ਵਾਇਗ ਰੁਕਰੇ ਕਿਰਪਾ ਕਿਹੜੀ ਐਜੀ ਚੀਜ਼ ਹੈ ਇੰਡਸਟਰੀ ਦੀ ਜਿਹੜੀ ਤੁਹਾਨੂੰ ਕਈ ਵਾਰੀ ਪਰੇਸ਼ਾਨ ਕਰ ਜਾਂਦੀ ਹੈ ਕੋਈ ਐਟੀਟਿਊਡ ਕੋਈ ਅਪਰੋਚ ਕੁਝ ਐਦਾਂ ਦਾ ਤੁਹਾਨੂੰ ਲੱਗਦਾ ਹੋਏ ਕਿ ਨਹੀਂ ਆ ਰਹੀ ਥੋੜੀ ਜੀ ਮੈਨੂੰ ਕਦੇ-ਕਦੇ ਐ ਲੱਗਦਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੋਈ ਕਿਸੇ ਦਾ ਕਰਮ ਖਾ ਨਹੀਂ ਸਕਦਾ ਹਰ ਇੱਕ ਬੰਦੇ ਨੂੰ ਇਹ ਪਤਾ ਹੈ ਭਾਵੇਂ ਇੱਕ ਫਿਲਮ ਸੇਮ ਡੇ ਤੇ ਸੇਮ ਡੇ ਤੇ ਦੋ-ਦੋ ਫਿਲਮਾਂ ਵੀ ਚੱਲੀਆਂ ਸੇਮ ਡੇ ਤੇ ਇਕੱਲੀ ਫਿਲਮ ਵੀ ਨਹੀਂ ਚੱਲੀ ਸੋ ਸਾਰਿਆਂ ਨੂੰ ਇਹ ਗੱਲਾਂ ਦਾ ਪਤਾ ਹੈ ਪਰ ਫਿਰ ਵੀ ਇੱਕ ਮੈਂਟਲ ਪ੍ਰੈਸ਼ਰ ਇੱਕ ਦੂਜੇ ਨੂੰ ਕਈ ਵਾਰੀ ਆਪਾਂ ਦਿੰਨੇ ਆ ਸਾਰੇ ਦਿੰਨੇ ਆ ਮੈਂ ਵੀ ਉਸੇ ਚੀਜ਼ ਦਾ ਹਿੱਸਾ ਮੈਨੂੰ ਲੱਗਦਾ ਕਿ ਉਹ ਆਪਣੀ એનર્ਜੀ ਵੇਸਟ ਹੈ ਉਹ ਆਪਾਂ ਆਲਦੀ એનર્ਜੀ ਵੇਸਟ ਕਰ ਰਹੇ ਆ ਆਪਾਂ ਅਗਲੇ ਨੂੰ ਵੀ ਸਟ्रेस ਦੇ ਰਹੇ ਆ ਬਿਨਾਂ ਗੱਲ ਤੋਂ ਕਿ ਐਂ ਜਾਣ ਕੇ ਉਹਦੇ ਅੱਗੇ ਲਾਤੀ ਉਹਦੇ ਪਿੱਛੇ ਲਾਤੀ ਹਨਾ ਤੋਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਚੀਜ਼ਾਂ ਨੂੰ ਬਹੁਤ ਪਿੱਛੇ ਛੱਡਣਾ ਚਾਹੀਦਾ ਸਾਡੀ ਇੰਡਸਟਰੀ ਨੂੰ ਆਲਰੇਡੀ ਬਹੁਤ ਬੰਦੇ ਮੇਨ ਚ ਬਲੀਵ ਕਰਦੇ ਆ ਔਰ ਸਾਰੇ ਗੁਣੀ ਆ ਸਾਰੇ ਗੁਣੀ ਆ ਸਾਰਿਆਂ ਦਾ ਕੰਮ ਵਧੀਆ ਸਾਰੇ ਆਪਦੇ ਆਪੇ ਬਿਜ਼ੀ ਵੀ ਇੰਨੇ ਆ ਕਿ ਇੱਕ ਦੂਜੇ ਨਾਲ ਕਾਲ ਕਰਨ ਦਾ ਟਾਈਮ ਵੀ ਨਹੀਂ ਹੈਗਾ ਪਰ ਮੈਨੂੰ ਲੱਗਦਾ ਆ ਆ ਵੀ ਇੱਕ ਮਸਲਾ ਬਦਲਣਾ ਚਾਹੀਦਾ ਵੀ ਆਪਾਂ ਬਾਲੀਵੁੱਡ ਵਾਂਗੂ ਨਾ ਬਣੀਏ ਆਪਾਂ ਪੰਜਾਬੀ ਆ ਆਪਣਾ ਦਿਲ ਇੰਨਾ ਵੱਡਾ ਹੋਣਾ ਚਾਹੀਦਾ ਵੀ ਯਾਰ ਕੋਈ ਨਹੀਂ ਕਿਸੇ ਸਬਦੀਆਂ ਫਿਲਮ ਔਰ ਮੈਂ ਤਾਂ ਕਹਿੰਦਾ ਜਿਹਦੀ ਵੀ ਫਿਲਮ ਚੱਲਦੀ ਹੈ ਪੰਜਾਬੀ ਸਿਨੇਮਾ ਨੂੰ ਉੱਪਰ ਲੈ ਕੇ ਜਾਊਗਾ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਹੀ ਫਾਇਦਾ ਹੋਣਾ ਜਿਸ ਦਿਨ ਆਪਣਾ ਜਿਸ ਦਿਨ ਆਪਣੀ ਹੁਣ ਕਿਸਮਤ ਆਈ ਹੈ ਔਰ ਕਿਸਮਤ ਬਹੁਤ ਵਧੀਆ ਕਰ ਰਹੀ ਆ ਮੈਨੂੰ ਮੈਨੂੰ ਲੱਗਦਾ ਕਿ ਐਮੀ ਸਰਗੁਣ ਜਗਦੀਪ ਤੋਂ ਜ਼ਿਆਦਾ ਖੁਸ਼ੀ ਮੈਨੂੰ ਸੀ ਹੂੰ ਔਰ ਫਿਲਮ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਸੀ ਕਿ ਯਾਰ ਸ਼ੁਕਰ ਆ ਲੋਕ ਥੀਏਟਰ ਚ ਆ ਗਏ ਵੜਨੇ ਸ਼ੁਰੂ ਹੋਏ ਵਾਪਸ ਮੈਂ ਅਸੀਂ ਇੰਗਲੈਂਡ ਸੀਗੇ ਸਪੈਸ਼ਲੀ ਸਾਡਾ ਨਿਗਾ ਮਾਰਦਾ ਇਹਦਾ ਸ਼ੂਟ ਚੱਲ ਰਿਹਾ ਸੀ ਹਾਂ ਮੈਂ ਤੇ ਸਰਗੁਣ ਨੇ ਅਸੀਂ ਸਾਰੀ ਫਿਲਮ ਜਿਹੜਾ ਸਾਡਾ ਕਰੋ ਸੀ ਅਸੀਂ ਸਾਰਿਆਂ ਨੂੰ ਫਿਲਮ ਦਿਖਾਉਣ ਲੈ ਕੇ ਗਏ ਮੈਂ ਕਿਹਾ ਯਾਰ ਕਿ ਲੋਕਾਂ ਜਿੰਨੀ ਸਪੋਰਟ ਕਰਨੀ ਚਾਹੀਦੀ ਹੈ ਕਰਨੀ ਜਿੰਨੀਆਂ ਸਾਰਿਆਂ ਨੇ ਸ਼ੇਰਿੰਗਸ ਕਰਨੀਆਂ ਕਿ ਆ ਲੋਕਾਂ ਲਈ ਹੈ ਕਿਸੇ ਲਈ ਇਹ ਸਾਡਾ ਕੰਮ ਹੋ ਸਕਦਾ ਪਰੇ ਸਾਡੇ ਕੰਮ ਤੋਂ ਬਹੁਤ ਉੱਤੇ ਹੈ ਫਿਲਮਾਂ ਸਾਡੀ ਦੁਨੀਆ ਹੈ ਮੈਂ ਤਾਂ ਜਿਵੇਂ ਅਕਸਰ ਕਹਿੰਦਾ ਕਿ ਯਾਰ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਮੈਂ ਇਹੀ ਕੋਸ਼ਿਸ਼ ਕੀਤੀ ਹੈ ਯਾਰ ਅੱਜ ਜਿਹੜੇ ਫਿਲਮਾਂ ਬਣਾਉਂਦੇ ਆ ਜਿਹੜੇ 뮤직 ਬਣਾਉਂਦੇ ਆ ਸਟੂਡੀਓ ਚ ਕਿਵੇਂ ਲੋਕ ਬੈਠਦੇ ਹੋਣਗੇ ਮੈਂ ਬਚਪਨ ਦੇ ਵਿੱਚ ਇੱਕ ਸੈਟਅਪ ਬਣਾਇਆ ਸੀ ਟੇਬਲ ਤੇ ਜਿੱਥੇ ਮੈਂ ਨਕਲੀ ਹੈੱਡਫੋਨ ਬਣਾਏ ਸੀ ਨਕਲੀ ਕੀਬੋਰਡ ਬਣਾਇਆ ਸੀ ਨਕਲੀ ਕੈਮਰਾ ਰੱਖਿਆ ਸੀ ਅੱਗੇ ਤਾਂ ਮੇਰੀ ਮੈਂ ਤਾਂ ਹਮੇਸ਼ਾ ਇਹ ਦੁਨੀਆ ਚਾਹੁੰਦਾ ਆਉਣਾ ਚਾਹੁੰਦਾ ਸੀ ਕੰਮ ਤੋਂ ਉੱਤੇ ਆਏ ਸਾਡੇ ਲਈ ਬਿਲਕੁਲ ਬਿਲਕੁਲ ਚਾਹੁੰਦੇ ਕਿ ਆਬਾਦ ਰਵੇ ਹੋਰ ਵਧੇ हिट ਹੋਣਗੀਆਂ ਹੋਰ ਪ੍ਰੋਡਿਊਸਰ ਆਉਣਗੇ ਹੋਰ ਮੁੰਡਿਆਂ ਨੂੰ ਕੰਮ ਮਿਲੂਗਾ ਚਲੋ ਹੁਣ ਆਪਾਂ ਇਹ ਹੀ ਕਹਿੰਦੇ ਆ ਕਿ ਸਾਡੀ ਫਿਲਮ 11 ਫੁੱਫੜ ਜੀ ਨੂੰ ਹਿੱਟ ਕਰਾਓ ਪੋਪੜ ਜੀ ਨੂੰ ਹਿੱਟ ਕਰਾਓ ਪੋਪੜ ਜੀ ਨੂੰ ਠੀਕ ਹੀ ਕਰ ਲੀ ਯਾਰ ਮੈਨ ਲੱਗਦਾ ਇੰਟਰਵਿਊ ਠੀਕ ਹੈ ਮੈਡਮ ਠੀਕ ਕੀਤੀ ਆ ਸਹੀ ਆ ਗਿਆ ਲੱਗਦਾ ਨਹੀਂ ਇੰਟਰਵਿਊ ਹੋ ਰਹੀ ਹੈ ਚਲੋ ਇਸੇ ਬਾਰੇ ਗੋਲ ਨਾਮ ਹੁਣ ਸਵਾਲਾਂ ਦੀ ਵਾਰੀ ਤੁਹਾਡੀ ਕੀ ਆ ਹੁਣ ਮੈਂ ਤੁਹਾਡਾ ਨਾਮ ਨਾ 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 ਤੇ ਤਿਆਰ ਮੈਂ ਦੱਸਵੇਂ ਨਹੀਂ ਸਵਾਲ ਤੇ ਪਤਾ ਨਹੀਂ ਕੀ ਪੁੱਛਣਾ ਅਸੀਂ ਕਿਹੜਾ ਦੱਸੇ ਆ ਓਕੇ ਮੈਂ ਇਹ ਤਾਂ ਸੱਚੀ ਜਿਵੇਂ ਵੈਸੇ ਤਾਂ ਉਹ ਛਾ ਸਵਾਲ ਮੈਨੂੰ ਹੁਣ ਪਤਾ ਲੱਗਿਆ ਕਿ ਤੁਸੀਂ ਚੰਡੀਗੜ੍ਹ ਬਾਰਨ ਬਰਾਉਟ ਆਪੋ ਹਾਂਜੀ ਤੇ ਬੰਬਈ ਤੇ ਤੁਸੀਂ ਰਹਿੰਦੇ ਹੋ ਹਾਂ ਤਾਂ ਇਹ ਦੋਵਾਂ ਸ਼ਹਿਰਾਂ ਦੀ ਤੁਹਾਨੂੰ ਸਭ ਤੋਂ ਘੈਂਟ ਗੱਲ ਕਿਹੜੀ ਲੱਗਦੀ ਆ ਚੰਡੀਗੜ੍ਹ ਤਾਂ ਸੀ ਜਿੱਥੇ ਤੁਸੀਂ ਜੰਮੇ ਪੱਲੇ ਹੁੰਦੇ ਹੋ ਜਿੱਥੇ ਤੁਸੀਂ ਆਪਣਾ ਬਚਪਨ ਕਿੱਤਾ ਹੁੰਦਾ ਸਕੂਲ ਹੁੰਦਾ ਕਾਲਜ ਹੁੰਦਾ ਉਹਦੇ ਨਾਲ ਵੈਸੇ ਤੁਸੀਂ ਬੜੇ ਜੁੜੇ ਹੁੰਦੇ ਹੋ ਕਿਉਂਕਿ ਉਸ ਤੋਂ ਤੁਹਾਡੀਆਂ ਆਯਾਦਾ ਬਹੁਤ ਹੁੰਦੀ ਹੈ ਹੈਨਾ ਮਾਂ ਪਿਓ ਚੰਗੇ ਦੋਸਤ ਸਕੂਲ ਦੇ ਦੋਸਤ ਤੁਹਾਨੂੰ ਕਦੇ ਵੀ ਉਸ ਤਰੀਕੇ ਦੀ ਵਾਈਬ ਨਹੀਂ ਮਿਲਦੀ ਤੁਹਾਨੂੰ ਲੋਕ ਹੋਰ ਮਿਲਦੇ ਰਹਿੰਦੇ ਆ ਪਰ ਜਿਹੜੇ ਸਕੂਲ ਹੈ ਉਹ ਸਕੂਲ ਹੀ ਹੈ ਸੋ ਉਹ ਇੱਕ ਫੀਲਿੰਗ ਚੰਡੀਗੜ੍ਹ ਦੇ ਨਾਲ ਹਮੇਸ਼ਾ ਹੈ ਹੀ ਹੈ ਤੇ ਬੰਬੇ ਦੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਹੈ ਕਿ ਸਟਿਲ ਉੱਥੇ ਪ੍ਰੋਫੈਸ਼ਨਲਿਜ਼ਮ ਬਹੁਤ ਹੈ ਜੇ ਤੁਸੀਂ ਜੈਨੂਇਲੀ ਸਿੱਖਣਾ ਚਾਹੁੰਦੇ ਹੋ ਜਦੋਂ ਮੈਂ ਫਿਲਮ ਮੇਕਿੰਗ 'ਚ ਜੈਨੂਅਲੀ ਅੱਛਾ ਕੰਮ ਕਰਨਾ ਚਾਹੁੰਦਾ ਸੀਗਾ ਤੇ ਜੇ ਮੈਂ ਸਿਰਫ ਚੰਡੀਗੜੀ ਰਹਿ ਜਾਂਦਾ ਅੱਜ ਤੋਂ 10 ਸਾਲ ਪਹਿਲੇ ਤੇ ਸ਼ਾਇਦ ਹੋ ਸਕਦਾ ਸੀਗਾ ਕਿ ਫਿਲਮ ਮੇਕਿੰਗ ਲਈ ਜੋ ਮੈਂ ਕਰਨਾ ਚਾਹੁੰਦਾ ਸੀਗਾ ਸ਼ਾਇਦ ਹੋ ਸਕਦਾ ਸੀਗਾ ਕਿ ਯਾਰ ਇੱਥੇ ਥੋੜੀ ਜੀ ਪ੍ਰੋਫੈਸ਼ਨਲਿਜ਼ਮ ਉਸ ਟਾਈਮ ਤੇ ਉਦੋਂ ਬਹੁਤ ਇੰਡਸਟਰੀ ਜੀ ਗਰੋ ਕਰ ਰਹੀ ਸੀਗੀ ਬਹੁਤ ਫਿਲਮਾਂ ਵੀ ਘੱਟ ਬਣਦੀਆਂ ਸੀ ਬਹੁਤ ਬੰਬੇ ਖੱਬ ਸੀਗਾ ਸੋ ਮੈਨੂੰ ਹਮੇਸ਼ਾ ਇਹ ਸੀਗਾ ਕਿ ਜਾ ਕੇ ਜੇ ਤੁਸੀਂ ਆਪਣੇ ਸਿਨੇਮਾ ਲਈ ਵੀ ਵਧੀਆ ਕੰਮ ਕਰਨਾ ਹੈ ਨਾ ਤੇ ਤੁਹਾਨੂੰ ਕੰਮ ਆਣਾ ਚਾਹੀਦਾ ਹੂੰ ਬਾਹਰ ਦੀ ਕਮਿਊਨਿਟੀ ਇਹ ਦੇਖ ਕੇ ਕਹੇ ਕਿ ਇਹਨਾਂ ਨੇ ਵਧੀਆ ਕੰਮ ਕੀਤਾ ਮੈਨੂੰ ਤਾਂ ਕੱਲ ਬੜੇ ਤੁਸੀਂ ਰਾਜਕੁਮਾਰ ਸਰ ਨੂੰ ਅਸਿਸਟ ਕੀਤਾ ਬਿਲਕੁਲ ਵਿਧੂ ਗਨੋ ਚੋਪੜਾ ਹਾਂ ਰਾਜਕੁਮਾਰ ਰਾਨੀ ਸੋ ਇਹ ਸਾਰੇ ਲੋਕਾਂ ਨੇ ਆਪਾਂ ਸਿੱਖਿਆ ਇਹਨਾਂ ਤੋਂ ਉਹ ਚੀਜ਼ ਲੈ ਆ ਕੇ ਅਸੀਂ ਆਪਣੀ ਲੈਂਗੁਏਜ ਚ ਆਪਣੇ ਰਾਈਟਰ ਆਪਣੇ ਐਕਟਰ ਆਪਣੇ ਸਿੰਗਰ ਬਟ ਟੈਕਨੀਕਲਟੀਜ਼ ਨੂੰ ਬੈਟਰ ਤਾਂ ਕਿ ਸਿਨੇਮਾ ਜਦੋਂ ਕੋਈ ਸਾਡੀ ਫਿਲਮ ਦੇਖ ਕੇ ਆਊਟ ਆਫ ਦਾ ਕਮਿਊਨਿਟੀ ਦੇ ਲੋਕ ਵੀ ਤੇ ਉਹ ਇਹ ਕਹਿਣਗੇ ਪੰਜਾਬੀ ਫਿਲਮਾਂ ਯਾਰ ਵਧੀਆ ਬਣਦੀਆਂ ਆਪਾਂ ਸਾਉਦੀਆਂ ਫਿਲਮਾਂ ਦੇਖ ਕੇ ਕਹਿੰਦੇ ਨਾ ਇਹ ਇਹ ਤਾਂ ਹੁਣ ਸਾਰਿਆਂ ਨੂੰ ਫਿਕਰ ਪੈਣ ਲੱਗ ਪਿਆ ਇਹ ਸੱਚਾਈ ਆ ਇਹ ਸੱਚ ਹੈ ਹੁਣ ਪੰਜਾਬੀ ਫਿਲਮਾਂ ਵਾਲ ਸਾਹ ਹੁਣ ਆ ਦੇਖਦੇ ਆ ਹਾਂ ਹੁਣ ਫਿਲਮ ਆਪਣੀਆਂ ਫਿਲਮਾਂ ਚ ਟੈਕਨੀਕਲੀ ਪ੍ਰੋਬਲਮਸ ਹੁਣ ਬਹੁਤ ਘਟ ਗਈਆਂ ਸਾਰੇ ਮਤਲਬ ਜਿੰਨੇ ਮੁੰਡੇ ਹੁਣ ਆ ਰਹੇ ਆ ਨਵੇਂ ਬਹੁਤ ਜ਼ਿਆਦਾ ਫਿਲਮ ਮੇਕਿੰਗ ਚ ਵੈਲ এডਿਕੇਟਡ ਹੈ ਅਸਪੈਕਟਸ ਪਤਾ ਹੈ ਫਿਲਮਸ ਦੇ ਟੈਕਨੀਕਸ ਪਤਾ ਹੈ ਸਰ ਦਾ 뮤직 ਦਾ ਟੱਚ ਉਹ ਵੈਸੇ ਅਕ੍ਰੋਸ ਦਾ ਵਰਲਡ ਸਾਨੂੰ ਕੋਈ ਨਹੀਂ ਕੰਪੀਟ ਕਰ ਸਕਦਾ ਭਾਈ ਆਪਣੇ ਮੁੰਡੇ ਬਹੁਤ ਹਸਲ ਕਰਦੇ ਆ ਜੀ 뮤직 뮤직 ਬਣਾਉਣ ਲਈ ਵੀ ਯੈਸ ਆਪੇ ਲਿਖਦੇ ਆ ਕੰਪੋਜ਼ ਕਰਦੇ ਆ கரੈਕਟ ਮਤਲਬ ਇੱਥੇ ਚੰਡੀਗੜ੍ਹ ਦੀ ਇਹ ਸਿਚੁਏਸ਼ਨ ਹੈ ਵੀ ਤਕਰੀਬਨ ਹਰ ਦੂਜੇ ਤੀਜੇ ਫਲੈਟ ਚ ਸਟੂਡੀਓ ਹੈ ਔਰ ਹਰ ਉੱਥੋਂ ਮੁੰਡੇ ਪੰਜਾਬ ਤੋਂ ਆ ਕੇ ਹਰ ਤੀਜਾ ਚੌਥਾ ਮੁੰਡਾトライ ਵੀ ਕਰ ਰਿਹਾ ਹੋਊਗਾ ਕਿ ਯਾਰ ਮੈਂ ਕੁਝ ਕਰ ਜਾ ਜਨਰੇਸ਼ਨ ਬਹੁਤ ਤਾਂ ਹੀ ਮੈਂ ਕਹਿਣਾ ਕਿ ਆਪਣੀ ਜਿਵੇਂ ਕਈ ਵਾਰੀ ਬਹੁਤ ਸਾਰੀਆਂ ਛੋਟੇ ਛੋਟੇ ਕੰਟਰੋਵਰਸਿਸ ਵੀ ਹੁੰਦੀਆਂ ਮੈਨੂੰ ਇਹ ਲੱਗਦਾ ਯਾਰ ਆਪਾਂ ਆਪਾਂ ਬਾਕੀ ਮੁੱਦੇ ਵੀ ਬਹੁਤ ਇੰਪੋਰਟੈਂਟ ਆ ਪਰ ਆਪਾਂ ਫਿਲਮ ਇੰਡਸਟਰੀ ਇੱਡੀ ਵੱਡੀ ਕਰ ਲਈਏ ਤਾਂ ਰੋਜ਼ਗਾਰ ਦੀ ਕਮੀ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਔਰ ਬਾਈ ਦਾ ਗੋਡਗਰ ਇਸ ਮੈਂ 10 ਸਾਲਾਂ ਚ ਦੇਖ ਰਿਹਾ ਆਪਾਂ ਜਦੋਂ ਸ਼ੁਰੂ ਕੀਤਾ ਸੀਗਾ ਫਿਲਮਾਂ ਬਣਾਉਣੀਆਂ ਤਾਂ ਮਾਹੌਲ ਹੋਰ ਸੀਗਾ ਹੁਣ 10 ਸਾਲਾਂ ਬਾਅਦ ਬਹੁਤ ਚੰਗਾ ਮਾਹੌਲ ਹੈ। ਔਰ ਹੋਰ ਚੰਗਾ ਹੋਊਗਾ। ਸੋ ਅਗਲਾ ਸਵਾਲ ਜੀ ਜੇ ਕਿਸੇ ਐਕਟਰ ਨੇ ਤੁਹਾਡੇ ਨਾਲ ਫਿਲਮ ਕਰਨੀ ਆ ਉਹ ਕਿਹੜੀਆਂ ਚੀਜ਼ਾਂ ਨੇ ਵੀ ਜਿਹੜੀਆਂ ਉਹਨੂੰ ਪਹਿਲਾਂ ਹੀ ਧਿਆਨ ਰੱਖਣੀਆਂ ਚਾਹੀਦੀਆਂ। ਨਵੇਂ ਮੁੰਡਿਆਂ ਲਈ ਸਵਾਲ ਹੈ ਵੀ ਜਿਹੜੇ ਜਿਹੜੇ ਦੇਖ ਰਿਹਾ ਵੀਡੀਓ ਕੱਖ ਨਹੀਂ ਕੱਖ ਨਹੀਂ ਧਿਆਨ ਰੱਖਣ ਦੀ ਲੋੜ। ਕੁਝ ਨਹੀਂ ਆਈਡੀਆ ਇਹ ਹੈ ਉਹ ਸਕ੍ਰਿਪਟ ਤੇ ਸੂਟ ਹੁੰਦਾ ਹੋਵੇ। ਸਭ ਤੋਂ ਇੰਪੋਰਟੈਂਟ ਗੱਲ ਇਹ ਹੈ। ਜੀ ਕਿ ਜੇ ਉਸਕ੍ਰਿਪਟ ਤੋਂ ਹੁਣ ਫੇਰ ਵੀ ਤੁਸੀਂ ਨਵੇਂ ਐਕਟਰਸ ਨੂੰ ਕੋਈ ਇੱਕ ਇੱਕ ਦੋ ਟਿਪਸ ਤਾਂ ਦਿਓ ਨਾ ਕਿ ਯਾਰ ਵੀ ਤੁਸੀਂ ਆਹ ਚੀਜ਼ ਜ਼ਰੂਰ ਕਰੋ ਥੋੜਾ ਜਿਹਾ ਫੋਕਸ ਹੋ ਜਾਣ ਥੋੜਾ ਜਿਹਾ ਆਪਣੇ ਤੇ ਇੱਕ ਹਾਰਡ ਵਰਕ ਕਰ ਲੈਣ ਥੋੜਾ ਜਿਹਾ ਕੰਨ ਖੁੱਲੇ ਰੱਖ ਲੈਣ ਈਗੋਜ਼ ਨੂੰ ਘਟਾ ਦੇਣ ਐਟ ਦਾ ਐਂਡ ਆਫ ਦਾ ਡੇ ਉਹਨਾਂ ਨੇ ਗੈਣਾ ਤੇ ਥੋੜਾ ਜਿਹਾ ਬਸ ਟਰਸਟ ਕਰ ਲਓ ਇੰਨਾ ਕੁ ਜਿਹਾ ਗੱਲ ਐ ਟਰਸਟ ਇਹ ਤਾਂ ਮੈਂ ਵੀ ਸਲਾਹ ਦਊਂਗਾ ਸਾਰਿਆਂ ਨੂੰ ਕਿ ਮੈਂ ਇੱਕ ਚੀਜ਼ ਪਹਿਲੇ ਦਿਨ ਸ਼ੁਰੂ ਕੀਤੀ ਸੀ ਆਪਣੇ ਆਪ 'ਚ ਮੈਂ ਜਦ ਵੀ ਇੱਕ ਗਾਣੇ ਵੀ ਗਾਣੇ ਦੇ ਡਾਇਰੈਕਟਰ ਕੋਲ ਵੀ ਸੀਗਾ ਨਾ ਸਹੀ ਗੱਲ ਹੈ ਮੈਂ ਉਹਨੂੰ ਉਹਦੇ ਤੇ ਛੱਡਤਾ ਸਾਰਾ ਕੁਝ ਕਿ ਯੂ ਆਰ ਦਾ ਬੌਸ ਕਿਉਂਕਿ ਡਾਇਰੈਕਟਰ ਦਾ ਵਿਜ਼ਨ ਹੈ ਤੁਹਾਡੇ ਪੂਰੇ ਐਕਟ ਗਾਣੇ ਨੂੰ ਲੈ ਕੇ ਔਰ ਸੇਮ ਆਬਵੀਅਸਲੀ ਇਨ ਦ ਫਿਲਮ ਨੂੰ ਲੈ ਕੇ ਵੀ ਤੁਸੀਂ ਤੁਹਾਨੂੰ ਯਾਦ ਆ ਕਿ ਤੁਸੀਂ ਜਦ ਪਹਿਲੀ ਫਿਲਮ ਜਿਹੜਾ ਸਟਾਰਟ ਕੀਤੀ ਤੁਹਾਨੂੰ ਬਹੁਤ ਕਨਵਿੰਸ ਕਰਨਾ ਪਿਆ ਬਹੁਤ ਸਟਰਗਲ ਥੋੜਾ ਜਿਹਾ ਔਖਾ ਵਰਨਾ ਕਿ ਹਾਂ ਤੁਸੀਂ ਕੰਮ ਕਰ ਰਹੇ ਸੀ ਉਦੋਂ ਪ੍ਰੀ ਵਰਕ ਕਰ ਰਹੇ ਸੀ ਤਾਂ ਉਹ ਨੂੰ ਤੁਹਾਨੂੰ ਲੱਗਿਆ ਕਿ ਯਾਰ ਪਹਿਲੀ ਫਿਲਮ ਖੜੀ ਕਰਨ ਨੂੰ ਬਹੁਤ ਔਖਾ ਹੋਇਆ ਯਾ ਕਈ ਵਾਰ ਹੁੰਦਾ ਕਿ ਜਿੰਨੇ ਓਬਵੀਅਸਲੀ ਮੈਂ ਗੱਲ ਕੀਤੀ ਡੈਸਟੀਨੀ ਵੀ ਕਿ ਨਹੀਂ ਔਖਾ ਹੋਇਆ ਮਤਲਬ ਆਸਾਨ ਨਹੀਂ ਹੈ ਕਿਤੇ ਵੀ ਫਿਲਮ ਖੜੀ ਕਰਨੀ ਡੈਸਟੀਨੀ ਤਾਂ ਡੈਫੀਨਿਟਲੀ ਕਾਊਂਟ ਕਰਦੀ ਹੈ ਮੈਂ ਆਪ ਉਸੀ ਗੱਲ ਨੂੰ ਮੰਨਦਾ ਕਿ ਹਾਰਡਵਰਕ ਐਂਡ ਡੈਸਟੀਨੀ ਨਹੀਂ ਐ ਡੈਸਟੀਨੀ ਪਹਿਲੇ ਹੈ ਉਸ ਤੋਂ ਬਾਅਦ ਹਾਰਡਵਰਕ ਹੈ ਮੈਂ ਕਿੰਨੀ ਵਾਰੀ ਕਹਣਾ ਕਿ ਹੋਰ ਕਿੰਨੇ ਹੀ ਚੰਗੇ ਡਾਇਰੈਕਟਰ ਹੋਣਗੇ ਬਟ ਟੂ ਰਾਈਟ ਟਾਈਮ ਤੇ ਰਾਈਟ ਫਿਲਮ ਰਾਈਟ ਐਕਟਰਸ ਦੇ ਨਾਲ ਉਦੀ ਰਿਲੀਜ਼ ਦੇ ਟਾਈਮ ਤੇ ਵੀ ਕੋਈ ਪੰਗਾ ਨਹੀਂ ਅੱਜ ਤੁਸੀਂ ਮੈਂ ਬਹੁਤ ਵਧੀਆ ਫਿਲਮ ਬਣਾ ਲਈ ਜੀ ਅੱਜ ਨੈਕਸਟ ਵੀਕ ਦੰਗੇ ਆ ਗਏ ਜੀ ਕੁਝ ਵੀ ਹੋ ਗਿਆ ਐਕਟਰ ਜੀ ਦੋ ਦਿਨ ਪਹਿਲੇ ਬਿਮਾਰ ਪੈ ਗਿਆ ਯਾ ਕੁਝ ਵੀ ਹੋ ਸਕਦਾ ਹੈ ਸੋ ਉਹ ਇੱਕ ਫਿਲਮ ਨੂੰ ਚਲਾਣ ਲਈ ਸਿਰਫ ਚੰਗੀ ਫਿਲਮ ਨਹੀਂ ਹੈ ਚੰਗੀ ਫਿਲਮ ਪਲੱਸ ਮਾਰਕੀਟਿੰਗ ਪਲੱਸ ਪਲੇਸਿੰਗ ਪਲੱਸ ਉਹ ਐਕਟਰ ਨੂੰ ਲੱਗੇ ਯਾਰ ਇਹ ਬਹੁਤ ਵਧੀਆ ਫਿਲਮ ਬਣੀ ਹੈ ਹਰ ਚੀਜ਼ ਕੰਬੀਨੇਸ਼ਨ ਹੈ ਹਰ ਫਿਲਮ ਦੀ ਇੱਕ ਕਿਸਮਤ ਹੁੰਦੀ ਹੈ ਜੋ ਹੂੰ ਬਿਲਕੁਲ ਸੋ ਔਖਾ ਤਾਂ ਹੋਇਆ ਪਹਿਲੀ ਫਿਲਮ ਬਣਾਉਣ ਨੂੰ ਕਾਫੀ ਔਖਾ ਹੈ ਉਹ ਹੋਣਾ ਹੀ ਹੈ ਜਿਨੇ ਵੀ ਪੈਸੇ ਲਾਣੇ ਆ ਨਵੇਂ ਮੁੰਡੇ ਤੇ ਉਹ 10 ਵਾਰੀ ਸੋਚੇਗਾ ਐਕਟਰ ਗਲਤ ਨਹੀਂ ਹੁੰਦੇ ਯਾਰ ਨਵੇਂ ਮੁੰਡੇ ਨਾਲ ਆਪਣਾ ਬ੍ਰਾਂਡ ਦੇਣਾ ਪਤਾ ਨਹੀਂ ਕਰ ਪਾਏਗਾ ਨਹੀਂ ਕਰ ਪਾਏਗਾ ਜੇ ਨਹੀਂ ਕਰੇਗਾ ਇਹਦਾ ਕੁਝ ਜਣਾ ਨਹੀਂ ਮੇਰਾ ਕੁਝ ਰਹਿਣਾ ਨਹੀਂ ਕਟਥਰੋਟ ਇੰਡਸਟਰੀ ਹੈ ਹੂੰ ਬਹੁਤ ਸਾਰੇ ਆਪਸ਼ਨਸ ਹੈ ਸੋ ਉਸ ਬੰਮਲੇ 'ਚ ਮੈਂ ਸਾਰੇ ਮੁੰਡਿਆਂ ਨੂੰ ਇਹੀ ਕਹਿੰਦਾ ਜਿਹੜੇ ਅਪਕਮਿੰਗ ਆ ਰਹੇ ਆ ਤੁਸੀਂ ਜੈਨੂਇਨ ਆਓ ਪਹਿਲਾ ਫੰਡਾ ਇਹ ਹੈ ਕਿ ਕਿਸੇ ਦਾ ਵੀ ਕੋਈ ਫੰਡਾ ਲੈ ਕੇ ਤੁਸੀਂ ਆਪਣੇ ਤੇ ਨਹੀਂ ਚਲਾ ਸਕਦੇ ਜਿੱਦਾਂ ਪੰਕਜ ਪੱਤਰਾ ਬਣਿਆ ਸ਼ਾਇਦ ਐਕਸ ਉਹਦਾ ਨਹੀਂ ਬਣੇਗਾ ਵਾਈ ਉਹਦਾ ਨਹੀਂ ਬਣੇਗਾ ਤੁਹਾਨੂੰ ਆਪਣਾ ਰਾਹ ਆਪ ਬਣਾਉਣਾ ਪੈਣਾ ਯੈਸ ਗੁੱਡ ਪੱਤਰਾ ਸਾਹਿਬ ਦੀ ਕਿਹੜੀ ਹੈ ਇਹੋ ਜੀ ਗੱਲ ਹੈ ਕਿ ਜੇ ਤੇ ਉਹ ਜੇ ਤੇ ਉਹ ਮਾਨ ਕਰ ਸਕਦੇ ਆ ਵੀ ਇਹ ਮੇਰਾ ਜੋਨਰ ਇਹ ਮੈਂ ਵੀ ਇਸ ਸਵਾਲ ਦਾ ਜਵਾਬ ਦੇ ਸਕਦਾ ਹਾਂ ਪਰ ਚਲੋ ਤੁਸੀਂ ਤੁਹਾਡਾ ਨਹੀਂ ਤੁਸੀਂ ਉਹ ਦਿਓ ਜਿਆਦਾ ਵਧੀਆ ਲੱਗੂਗਾ ਸੱਚੀ ਸੱਚੀ ਇਹ ਵੀ ਨੋ ਹੈ ਲੱਗਦਾ ਕਿ ਜਿਵੇਂ ਹਰ ਇੱਕ ਦਾ ਇੱਕ ਰੰਗ ਹੁੰਦਾ ਜੀ ਹਾਂ ਕੁਝ ਕੁਝ ਡਾਇਰੈਕਟਰਸ ਨੇ ਜਿਨ੍ਹਾਂ ਨੂੰ ਰਾਈਟਰਸ ਡਾਇਰੈਕਟਰਸ ਜਿਨ੍ਹਾਂ ਨੂੰ ਆਇਆ ਕਿ ਉਹਨਾਂ ਨੂੰ ਆਪਣੇ ਇਮੋਸ਼ਨਸ ਆਪਣੇ ਫੀਲਿੰਗਸ ਦੇ ਨਾਲ ਖੜਾਉਣਾ ਆਡੀਅנס ਨੂੰ ਵਧੀਆ ਲੱਗਦਾ ਮੈਨੂੰ ਇਹ ਲੱਗਾ ਕਿ ਤੁਸੀਂ ਜ਼ਿਆਦਾ ਤਾਂ ਮਜ਼ਮਾ ਸੰਭਾਲ ਸਕਦੇ ਹੋ ਮੈਂ ਜਦੋਂ ਆਨ ਸੈੱਟ ਸੀਗਾ ਤੇ ਇੰਨੇ ਸਾਰੇ ਐਕਟਰਸ ਨੂੰ ਔਰ ਸੱਚੀ ਭਾਜੀ ਵੀ ਮੈਂ ਨਿਗਾ ਮਾਰਦਾ ਇੰਵੇਂ ਆਪ ਹੁਣ ਪ੍ਰੋਡਿਊਸ ਕੀਤੀ ਆ ਹਾਂ ਤੇ ਉਹਦੇ ਚ ਹਰ ਰੋਜ਼ ਇੱਕਦਮੀ ਲੋਕੇਸ਼ਨ ਹੁੰਦੀ ਸੀ ਔਰ ਅਸੀਂ ਮੈਂ ਤੇ ਸਰਗੁਣ ਬਹੁਤ ਸਾਰਾ ਫਿਲਮ ਸਾਡੀ ਆ ਪਰ ਮੇ ਮੈਨੂੰ ਇਹ ਹੁੰਦਾ ਸੀ ਯਾਰ ਇਹ ਹੋ ਜੂਗੀ ਕਿ ਹੁਣ ਇੱਥੇ ਕਿਦਾਂ ਸੈਟਅਪ ਖੜਾ ਕਰਾਂਗੇ ਹਨਾ ਔਰ ਮੈਂ ਉਦੋਂ ਸੋਚਦਾ ਸੀ ਯਾਰ ਵੀ ਜਦੋਂ ਜੇ ਤੁਹਾਡੇ ਕੋਲ ਐਕਟਰ ਹੀ 9-10 ਹੋਣ ਸਾਰਿਆਂ ਦਾ ਟਾਈਮ ਤੇ ਪਹੁੰਚਣਾ ਸਾਰਿਆਂ ਨੂੰ ਉਹ ਵਾਈਬ ਚ ਲਿਆਉਣਾ ਇਨਾ ਸਿੰਪਲੀ ਔਰ ਆਪਾਂ ਬਹੁਤ ਬੜੇ ਈਜ਼ੀ ਰਾਈਟ ਡਿਸਪਲਿਨਡ ਫਿਲਮ ਸ਼ੂਟ ਕੀਪਲੇਸ ਆਈ ਥਿੰਕ ਇਹ ਇਹ ਹਰ ਹਰ ਕੋਈ ਨਹੀਂ ਕਰ ਸਕਦਾ ਔਰ ਜਿੱਦਾਂ ਆਪਾਂ ਤੁਹਾਡੀਆਂ ਸਾਰੀਆਂ ਫਿਲਮਾਂ ਹੀ ਦੇਖੀਏ ਗੋਰੀਆਂ ਨੂੰ ਦਫਾ ਕਰੋ ਬੰਬੂ ਕਾਰਟ ਰੰਗ ਰੂਟ ਹਰ ਰੰਗ ਰੂਟ ਤਾਂ ਮਤਲਬ ਇੰਨਾ ਕੁਝ ਇਕੱਠਾ ਕਰਕੇ ਪ੍ਰੈਜ਼ੈਂਟ ਕਰਨਾ ਹਰ ਚੀਜ਼ ਨੂੰ ਸੁਵਾਲ ਕੇ ਰੱਖਣਾ ਨਹੀਂ ਉਹੀ ਮੈਂ ਕਿਹਾ ਥੋੜਾ ਜਿਹਾ ਕੰਮ ਰੋ ਸਾਹਮਣੇ ਵਾਲੇ ਬੰਦੇ ਨੂੰ ਸਮਝ ਲਓ ਸਾਹਮਣੇ ਵਾਲੇ ਬੰਦੇ ਨੂੰ ਮੈਂ ਹਮੇਸ਼ਾ ਕਿਹਾ ਕਿ ਜੇ ਕਿਸੇ ਤੋਂ ਤੁਸੀਂ ਆਊਟ ਆਫ ਦਾ ਵੇ ਸਪੋਰਟ ਲੈਣੀ ਹੈ ਔਰ ਇਹ ਚਾਹਨੇ ਹੋ ਕਿ ਉਹ ਕੰਮ ਆ ਕੇ ਪ੍ਰੋਪਰਲੀ ਕਰੇ ਤਾਂ ਪਹਿਲੇ ਉਹ ਤੰਗ ਨਹੀਂ ਹੋਣਾ ਚਾਹੀਦਾ। ਉਹਦੇ ਕੀ ਪੁਆਇੰਟ ਆਫ Viewਸ ਹੈ ਉਹਨੂੰ ਸਮਝ ਲਓ। ਫਿਰ ਤੁਹਾਨੂੰ ਸਾਹਮਣੇ ਅਸੀਂ ਇਨਸਾਨ ਆ ਨਾ ਸਾਨੂੰ ਕੋਈ ਹੱਥ ਪਿਆਰ ਨਾਲ ਫੜਾਏਗਾ ਨਾ ਤੇ ਅਸੀਂ ਦੁੱਗਣਾ ਉਹਦੇ ਵੱਲ ਪਿਆਰ ਨਾਲ ਵਧੀਦਾ। ਸੋ ਮੇਰਾ ਲੌਜੀਕ ਇਹ ਹੈ ਪਿਆਰ ਤੇ ਇੱਜ਼ਤ ਸਭ ਨੂੰ ਦਿਓ ਉਹਨੂੰ ਸਮਝੋ ਉਹ ਆਪਣੇ ਆਪ ਹੀ ਸਾਰਾ ਕੁਝ ਕਰੂਗਾ। ਇੱਜ਼ਤ ਦੋ ਇੱਜ਼ਤ ਲਓ ਤੇ ਫਿਲਮ ਆਪਣੇ ਆਪ ਬਣ ਜਾਂਦੀ ਹੈ। ਬੜੀਆ ਬਣ ਜਾਂਦੀ ਹੈ। ਤਾਂ ਅਗਲਾ ਸਵਾਲ ਹੈ ਬਾਜੀ ਕਿ ਕਦੇ ਐ ਹੋਇਆ ਕਿ ਤੁਹਾਡਾ ਕਿਸੇ ਗੱਲ ਨਾਲ ਕੋਈ ਲੈਣਾ ਦੇਣਾ ਵੀ ਨਾ ਹੋਵੇ ਪਰ ਤੁਸੀਂ ਐਵੇਂ ਮਤਲਬ ਖਾਮ ਖਾ ਫਸ ਜਾਓ ਕਿ ਚੱਕਰ ਤੋਂ ਮੈਨਾਂ ਬੜੀ ਵਾਰੀ ਹੋਇਆ ਹੁਣ ਤੁਸੀਂ ਦੋਨੋਂ ਹੀ ਸੀਗੇ ਪੁੱਪੜ ਜੀ ਪਰ ਆਪਣੇ ਦਾ ਫਸੇ ਤੁਸੀਂ ਫਸੇ ਨਹੀਂ ਕਦੀ ਮਤਲਬ ਤੁਹਾਡੇ ਦੁਨਤ ਤੋਂ ਇਲਾਵਾ ਜਿੰਨੀਆਂ ਚੀਜ਼ਾਂ ਚੱਲ ਰਹੀਆਂ ਨੇ ਪਿੱਛੇ ਤੁਸੀਂ ਜਦੋਂ ਵੀ ਪ੍ਰੋਡਕਸ਼ਨ ਕਰੋਗੇ ਡਾਇਰੈਕਸ਼ਨ ਕਰੋਗੇ ਤੁਸੀਂ ਬਹੁਤੀ ਅਜ਼ਾਰੀਆਂ ਚੀਜ਼ਾਂ ਖਾਮ ਖਾ ਖਾ ਹੁੰਦੇ ਹੋ ਜੀ ਕਿਸੇ ਐਕਸ ਨੇ ਕੁਝ ਕਰਤਾ ਫਿਕਰ ਆਊਟ ਤੁਸੀਂ ਕਰਨਾ ਜਦੋਂ ਤੁਸੀਂ ਹੁਣ ਜਦੋਂ ਆਪਣੀ ਵੀ ਫਿਲਮ ਕਰ ਰਹੇ ਸੀਗੇ ਜੀ ਕਿਸੇ ਸਪੋਜ਼ ਟੂ ਬੀ ਕਿਸੇ ਲੋਕੇਸ਼ਨ ਮੈਨੇਜਰ ਨੇ ਲੋਕੇਸ਼ਨ ਨਹੀਂ ਲਿੱਤੀ ਸਵੇਰੇ ਆਕੇ ਜੀ ਨਹੀਂ ਮਿਲਲੀ ਫਸ ਤੁਰੇ ਉਹਦੇ ਬਸ ਸਿੱਧਾ ਸਿੱਧਾ ਜੀ ਮਤਲਬ ਗਲਤੀ ਕਿਸੇ ਦੀ ਆ ਤੈਨੂੰ ਭਾਣਾ ਤੁਹਾਨੂੰ ਪੈਣਾ ਪੂਗਤ ਨਹੀਂ ਤੁਹਾਨੂੰ ਪੈਣੀ ਆ ਵੀ ਹਾਂ ਸ਼ੂਟ 15 ਦਿਨ ਲੇਟ ਹੋਇਆ ਤਾਂ ਤੇ ਉਹ ਕੁਐਸਚਨ ਮਾਰਕ ਤੁਹਾਡੇ ਤੇ ਕੁਐਸਚਨ ਮਾਰਕ ਤੁਹਾਡੇ ਤੇ ਵੀ ਪ੍ਰੋਡਿਊਸਰ ਦੇ ਸਾਰੇ ਚੀਜ਼ਾਂ ਆ ਜਾਂਦੀਆਂ ਵੀ ਇਹ ਇਹ ਤਾਂ ਮਨ ਹੁਣ ਅਸੀਂ ਐਜ਼ ਇਨ ਡਾਇਰੈਕਟਰ ਤਾਂ ਹਰ ਫਿਲਮ ਚ ਇਦਾਂ ਫਸੇ ਹਾਂ ਹੂੰ ओके ਭਾਜੀ ਆਪਣੀ ਫਿਲਮ ਦੀ ਆਪਾਂ ਗੱਲ ਕਰਦੇ ਆਂ ਫੁੱਫੜ ਜੀ ਦੀ ਮੀਨੂ ਭਾਜੀ ਨੇ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਲਰੇਡੀ ਬੰਬੂ ਕਾਰਟ ਚ ਕਿਤਨਾ ਕਿਤੇ ਅੜਬਜਵਾਈ ਅੜਬ ਫੁੱਫੜ ਫੁੱਫੜ ਨਹੀਂ ਜੋ ਵੀ ਮਤਲਬ ਉਹਨਾਂ ਨੇ ਉਹ ਉਹ ਕੈਰੈਕਟਰ ਕੀਤਾ ਵੈ ਪਲੇ ਮੈਂ ਮੈਨੂੰ ਮੇਰਾ ਤਾਂ ਸਵਾਲ ਤੁਹਾਨੂੰ ਸੱਚੀ ਆ ਵੀ ਤੁਹਾਨੂੰ ਮੈਂ ਕਦੇ ਹਾਈ ਐਂਡ ਯਾਰੀਆਂ ਚ ਆਜ ਬਾਜਵਾ ਲੱਗਦਾ ਜਾਂ ਫਿਰ ਤੁਹਾਨੂੰ ਲੱਗਿਆ ਕਿ ਮੈਂ ਫੁੱਫੜ ਜੀ ਕਰ ਲੂੰਗਾ ਹਾਂ ਮੈਨੂੰ ਹਮੇਸ਼ਾ ਲੱਗਿਆ ਸੀ ਮੈਂ ਇਸ ਗੱਲ ਤੇ ਆ ਰਿਹਾ ਸੀਗਾ ਕੰਟਰਾਸਟ लोग पसंद करते हैं एक्टर्स पसंद करते हैं चैलेंज लेना आज ਤੁਸੀਂ ਗੁੱਡੀਆਂ ਬਟੋਲੇ ਕੀਤੀ ਸੁਰਖੀ ਬਿੰਦੀ ਕੀਤੀ ਗੁੱਡੀਆਂ ਬਟੋਲੇ ਤੇ ਸੁਰਖੀ ਬਿੰਦੀ ਦਾ ਕਰੈਕਟਰ ਤੇ ਫਫੜ ਜੀ ਚੰਨ ਸਿੰਘ ਦਾ ਕਰੈਕਟਰ ਬਿਲਕੁਲ ਡਿਫਰੈਂਟ ਹੈ ਐਜ਼ ਇਨ ਬੋਡੀ ਲੈਂਗੁਏਜ ਐਜ਼ ਐਨ ਅਪਰੋਚ ਐਜ਼ ਐਨ ਡਾਇਲੈਕਟ ਡਿਲੀਵਰੀ ਤੁਸੀਂ ਉਹ ਕਹਿੰਦੇ ਨੇ ਜੀ সুইਟ ਲੱਗਦਾ ਹੈ ਕਿਊਟ ਲੱਗਦਾ ਹੈ ਬੜੀ ਵਧੀਆ ਸਮਾਈਲ ਹੈ ਪਰ ਇਹ ਕਿਊਟਨੈਸ ਨਾਲ সুইਟਨੈਸ ਨਾਲ ਹੋਰ ਚੀਜ਼ਾਂ ਨੂੰ ਵੀ ਗੋਲੀਆਂ ਵਿੱਚ ਲਾਈਆਂ ਜਾ ਸਕਦੀਆਂ ਚਲਾਈਆਂ ਜਾ ਸਕਦਾ ਸਮਾਈਲ ਨਾਲ ਵੀ ਬੰਦੇ ਮਰਦੇ ਆ ਸਮਾਈਲ ਨਾਲ ਵੀ ਬੰਦੇ ਮਰਦੇ ਆ ਓਕੇ ਪਾਜੀ ਇੱਕ ਸਵਾਲ ਇਲਾਸਟੀ ਹੈ ਵੈਸਤਾ ਜੀ ਤੇ ਤੁਸੀਂ ਕਿਸੇ ਇੰਟਰਵਿਊ ਚ ਕਿਹਾ ਹੋਣਾ ਵੀ ਤੁਸੀਂ ਨੀਰੂ ਬਾਜਬਾ ਮੈਮ ਨਾਲ ਕੰਮ ਕਰਨਾ ਬਹੁਤ ਸੌਖਾ ਹੈ ਸ਼ੀਜ਼ ਵੈਰੀ ਪ੍ਰੋਫੈਸ਼ਨਲ ਇਹ ਗੱਲ ਵੈਸੇ ਮੈਂ ਬਹੁਤ ਜਣਾਂ ਤਾਂ ਸੁਣੀ ਆ ਤੇ ਇਹ ਸੱਚ ਹੈ ਬਹੁਤ ਸਪੌਂਟੇਨੀਅਸ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਮਤਲਬ ਉਹਨਾਂ ਦੀ ਲੇਗੇਸੀ ਹੋਰ ਕਿਹੜੀ ਐਕਟਰਸ ਫੋਲੋ ਕਰ ਰਹੀ ਹੈ ਜਾਂ ਕਰੇਗੀ ਸੀ ਸਾਰੇ ਅਲੱਗ ਹੈ ਮੈਂ ਨੀਰੂ ਦੇ ਮੈਂ ਨੀਰੂ ਹੋ ਗਿਆ ਉਹਨਾਂ ਦੇ ਨਾਲ ਸਰਵੀਨ ਸੀਗੀ ਅੱਜ ਸੋਨਮ ਮੈਂ ਸਰਗੁਨ ਹੈ ਸਰਗੁਨ ਬਹੁਤ ਪ੍ਰੋਫੈਸ਼ਨਲ ਹੈ ਸਰਗੁਨ ਦੇ ਫੇਸ ਤੇ ਇੰਟੈਂਸਿਟੀ ਬਹੁਤ ਹੈ ਸਰਗੁਨ ਜਦੋਂ ਕੁਝ ਬੋਲਦੀ ਹੈ ਤਾਂ ਤੁਹਾਨੂੰ ਬਿਲੀਵੇਬਿਲਟੀ ਬਹੁਤ ਹੁੰਦੀ ਹੈ ਉਹ ਝੂਠੇ ਮਾਰਦੇ ਸੱਚ ਕਰਾਉਣ ਦੇ ਬੰਦੇ ਨੇ ਉਹ ਬਿਲੀਵੇਬਿਲਟੀ ਬਹੁਤ ਹੈ ਸੋਨਮ ਸੋਨਮ ਦ ਫੈਨ ਬੇਸ ਬਹੁਤ ਅੱਛਾ ਹੈ ਸੋਨਮ ਨੂੰ ਦੇਖਦੇ ਹੀ ਲੋਕ ਇੱਕਦਮ ਪਿਆਰ ਜੋ ਹੋ ਜਾਂਦਾ ਯਾਰ ਖਿੱਚ ਹੈ ਕੁੜੀ ਚ ਸੇਮ ਵਿਦ ਨਿਰੂ ਸੀਗਾ ਸਪੌਂਟੇਨੀਅਸ ਬਹੁਤ ਹੈ ਨਿਰੂ ਨੇ ਕਦੀ ਤੁਸੀਂ ਨਿਰੂ ਨੂੰ ਚਾਰ ਟੇਕ ਕਰਾਤੇ ਨਾ ਖਰਾਬ ਹੋ ਵੀ ਕਿਉਂਕਿ ਉਹ ਬਿਲਕੁਲ ਹੀ ਉਹਨੇ ਇੱਕ ਵਾਰੀ ਸੀਨ ਪੜਨਾ ਹੈ ਦੋ ਵਾਰੀ ਸੀਨ ਪੜਨਾ ਹੈ ਦੈਟਸ ਇਟ ਉਸ ਤੋਂ ਬਾਅਦ ਉਹਨੇ ਸਪੌਂਟੇਨੀਅਸਲੀ ਐਕਸ਼ਨ ਰਿਐਕਸ਼ਨ ਚੱਕਨੇ ਆ ਉਹਨੂੰ ਚਾਰ ਪੰਜ ਛੇ ਰੀਟੇਕ ਹੋਗੇ ਨਾ ਉਹ ਖਰਾਬ ਹੋ ਜਾਂਦੀ ਹੈ ਸੋ ਆ ਗੱਲ ਸਭ ਦੇ ਅਲੱਗ-ਅਲੱਗ ਹੁੰਦੇ ਆ ਮਤਲਬ ਤੁਹਾਡੇ ਵਾਲੀ ਗੱਲ ਹੈ ਕਿ ਕੋਈ ਸਿੰਗਰ ਆ ਕੋਈ ਐਕਟਰ ਜਦੋਂ ਇੱਕ ਮੁਕਾਮ ਤੇ ਪਹੁੰਚਦਾ ਹੈ ਕੋਈ ਵੀ ਐਕਸ ਵਾਈ ਜ਼ेड ਉਹਦਾ ਆਪਣਾ ਇੱਕ ਫਾਰਮੂਲਾ ਹੁੰਦਾ ਹੈ ਔਰ ਉਹ ਫਾਰਮੂਲਾ ਆਡੀਅנס ਐਕਸੈਪਟ ਕਰ ਚੁੱਕੀ ਹੁੰਦੀ ਹੈ ਤਾਂ ਹੀ ਉਹ ਸਟਾਰ ਹੈ ਜੀ ਸਾਰੀਆਂ ਮਤਲਬ ਇਹਨਾਂ ਦਾ ਸਾਰੀਆਂ ਦਾ ਆਪਣਾ ਅਲੱਗ-ਅਲੱਗ ਫਾਰਮੂਲਾ ਵਿਚ ਇਜ਼ ਵੈਰੀ ਗੁੱਡ ਸੋ ਫਾਈਨਲੀ ਅ ਬਹੁਤ ਚੰਗਾ ਲੱਗਿਆ ਸਰ ਤੁਹਾਡੇ ਨਾਲ ਗੱਲਾਂ ਕਰਕੇ ਅਸੀਂ ਯਾਰ ਵੈਸੇ ਠੀਕ ਆ ਐਂਕਰ ਲੋੜ ਨਹੀਂ ਐ ਤੁਹਾਨੂੰ ਐਂਕਰ ਦੀ ਇਹ ਮੈਂ ਤਾਂ ਕਿਹਾ ਜੀ ਹੁਣ ਪਟਾਰਾ ਚੁੱਟੀ ਕਰੋ ਯਾਰ ਜਿਹੜਾ ਵੀ ਐਂਕਰ ਹੈ ਉਹਦੀ ਤਨਖਾਹ ਤੋਂ ਖੂਬ ਤੁਹਾਨੂੰ ਦੋ ਅੱਧੀ ਅੱਧੀ ਵੰਡੀ ਏ ਲਓ ਜੀ ਤੁਹਾਡੇ ਸਵਾਲ ਤਾਂ ਗਏ ਐ ਮੁੱਕ ਤੇ ਹੁਣ ਵਾਰੀ ਐ ਸੁਰੀਲੀ ਦੇ ਸਵਾਲਾਂ ਦੀ ਜਿਨ੍ਹਾਂ ਦੇ ਜਵਾਬ ਦੇਣੇ ਉਹਨੇ ਹੀ ਜ਼ਰੂਰੀ ਐ ਜਿੰਨਾ ਡਾਇਮੰਡ ਵਾਲੀ ਅੰਗੂਠੀ 'ਚ ਡਾਇਮੰਡ ਮੇਰਾ ਪਹਿਲਾ ਸਵਾਲ ਪੰਜਾਬ ਚ ਇਹ ਗੱਲ ਬੜੀ ਮਸ਼ਹੂਰ ਹੈ ਕਿ ਦੀਵੇ ਅੱਗੇ ਜੇ ਆਪਾਂ ਫੁੱਫੜ ਕਹੀਏ ਤਾਂ ਦੀਵਾ ਬੁੱਝ ਜਾਂਦਾ ਫਿਲਮ ਚ ਤੁਸੀਂ ਕਿਵੇਂ ਦੇ ਫੁੱਫੜੋਂ ਦੀਵਾ ਬੁਝਾਉਣ ਵਾਲੇ ਆ ਜਾਂ ਜਗਾਉਣ ਵਾਲੇ ਮੈਂ ਜਗਾਉਣ ਵਾਲਾ ਜੀ ਤੇ ਫੁੱਫੜ ਹਮੇਸ਼ਾ ਦੀਵਾ ਬੁਝਾਉਂਦੇ ਹੀ ਹੁੰਦੇ ਬਤਰਾ ਸਾਹਿਬ ਤੁਹਾਡੇ ਤੇ ਬੀਨੂ ਢਿੱਲੋਂ ਦੀ ਬੌਂਡਿੰਗ ਦਾ ਤਾਂ ਸਭ ਨੂੰ ਪਤਾ ਹੀ ਹੈ ਤੁਸੀਂ ਉਹਨਾਂ ਨਾਲ ਪੰਜ ਫਿਲਮਾਂ ਵੀ ਕੀਤੀਆਂ ਕੋਈ ਤੁਹਾਡੇ ਦੋਵਾਂ ਦੇ ਆਪਸ ਦੀ ਗੱਲ ਸਾਂਝੀ ਕਰੋ ਜਿਹੜੀ ਤੁਹਾਡੇ ਦੋਵਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਇਹ ਤਾਂ ਬਹੁਤ ਗੱਲਾਂ ਨਹੀਂ ਜਿਹੜੀ ਇਹ ਦੋਵਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਨਾ ਪਤਾ ਉਹ ਕਿਸੇ ਨੂੰ ਨਾ ਹੀ ਬਤਾਉਣ ਤੇ ਉਹ ਜ਼ਿਆਦਾ ਬੈਟਰ ਹੈ ਇੱਕ ਦਿਨ ਦੱਸ ਦਿਓ ਭਾਜੀ ਕੋਈ ਕੋਈ ਕਾਟੋ ਕਾਤੋ ਵਾਲੀ ਦੱਸ ਦੋ ਭਾਵੇਂ ਕਾਟੋ ਕਾਤੋ ਤੋਂ ਤੋਂ ਲੈ ਕੇ ਪਤਾ ਹੈ ਕਿ ਇਹ ਉਹ ਬਹੁਤ ਸਾਰੀਆਂ ਮੈਮਰੀਜ਼ ਹੈ ਮਤਲਬ ਉਹ ਤਾਂ ਆਲਮੋਸਟ ਸਭ ਨੂੰ ਪਤਾ ਹੀ ਹੈ ਨਹੀਂ ਨਹੀਂ ਪਤਾ ਭਾਜੀ ਬਿਹਾਈਂਡ ਦ ਸੀਨਸ ਕਿਸੇ ਨੂੰ ਨਹੀਂ ਪਤਾ ਪੁਰਾਣੀ ਹੋ ਗਿਆ ਲੋਬੇ ਆਪ ਵੱਧੀਆਂ ਭੁੱਲ ਗਿਆ ਸ੍ਰੀਲੀ ਜੀ ਮੰਨ ਨਹੀਂ ਰਹੇ ਮੈਂ ਬਹੁਤ ਕੋਸ਼ਿਸ਼ ਕਰ ਲਈ ਕੋਈ ਗੱਲ ਆਪਾਂ ਨੂੰ ਮਿਲ ਜੇ ਪਰ نو ਹੀ ਇਜ਼ ਦਾ ਡਾਇਰੈਕਟਰ ਹੀ نو ਹਾਊ ਟੂ ਕਨਵਿੰਸ एवरीवन ਇਹਦਾ ਵਧੀਆ ਜਿਹਾ ਸਵਾਲ ਬਣਾਉਣਾ ਪੈਣਾ ਗੁਰਨਾਮ ਐਂਡ ਪੰਕਜ ਆਪਣੇ ਕੰਮ ਵਿੱਚ ਤਾਂ ਤੁਸੀਂ ਲੋਕਾਂ ਤੋਂ ਖੂਬ ਵਾਵਾਹੀ ਲੁੱਟੀ ਐ ਪਰ ਕਦੀ ਕੋਈ ਘਰ ਦੇ ਕੰਮ ਅਨ ਐਕਸਪੈਕਟਿਡਲੀ ਕਰਕੇ ਆਪਦੇ ਘਰਦਿਆਂ ਤੋਂ ਵੀ ਸ਼ਾਬਾਸ਼ੀ ਲਈ ਐ ਨਹੀਂ ਜੀ ਮੈਂ ਤਾਂ ਚਪੇੜਾਂ ਹੀ ਲਈ ਤੁਹਾਨੂੰ ਤਾਂ ਘਰ ਨੇ ਕਦੀ ਵਾਵਾਹੀ ਦਿੱਤੀ ਨਹੀਂ ਮੈਂ ਮੈਂ ਜੀ ਮੈਂ ਬੀ ਬੀ ਕੁੱਕਾਂ ਏ ਏ ਸਿੰਗਰਾਂ ਤੇ ਬੀ ਸਾਈਡ ਜਿਹੜੀ ਮੇਰੀ ਆਮ ਆ ਕੁੱਕ ਤੇ ਮੈਂ ਘਰੇ ਬਹੁਤ ਵਾਰੀ ਰੋਟੀ ਬਣਾਈ ਰੈਸਪੀਸ ਮੈਂ ਟਰਾਈ ਕਰਦਾ ਰਹਿਣਾ ਕਿ ਜਦ ਵੀ ਮੈਂ ਫ੍ਰੀ ਟਾਈਮ ਹੋਵਾਂ ਸੋ ਮੈਨੂੰ ਵਧੀਆ ਲੱਗਦਾ ਖਾਣਾ ਬਣਾਉਣਾ ਸੋ ਮੈਂ ਘਰ ਦੇ ਨੂੰ ਕਈ ਵਾਰੀ ਹੈਰਾਨ ਵੀ ਕੀਤਾ ਵੀ ਅੱਛਾ ਤੂੰ ਐਡੀ ਸਵਾਦੀ ਬਣਾ ਲੈਣਾ ਤੇ ਕਈ ਵਾਰੀ ਨਹੀਂ ਉੱਡੀ ਗੱਲ ਬਣਦੀ ਹੋਈ ਸਮਾਈਲ ਜੀ ਕਰਕੇ ਵੀ ਚਲ ਠੀਕ ਹੈ ਹੁਣ ਖਾਣੀ ਪੈਣੀ ਹੈ ਬਣਾਈ ਆ ਤੇ ਇਹ ਮੇਰਾ ਇੱਕ ਤੁਸੀਂ ਕਹਿ ਲਓ ਹਿਡਨ ਟੈਲੈਂਟ ਕਹਿ ਸਕਦੇ ਵੈਸੇ ਬਾਈ ਦਾ ਵੀ ਕੁਕਿੰਗ ਮੈਂ ਵੀ ਵਧੀਆ ਕਰਦਾ ਵਾਓ ਆਪਾਂ ਇਕੱਠੇ ਬਣਾਵਾਂਗੇ ਕਦੇ ਮੈਂ ਤੁਹਾਨੂੰ ਕਿਸ ਦਿਨ ਖਵਾਉਣਾ ਪਰ ਸੱਚ ਹੈ ਮੈਂ ਕੱਟ ਟੁਕੜ ਜਿਆਦਾ ਚੀਜ਼ਾਂ ਨਹੀਂ ਬਣਾ ਸਕਦਾ ਪਰ ਜਿਹੜੀਆਂ ਬਣਾਉਣਾ ਉਹ ਬਾਬ ਦੀ ਬਣਾਉਣਾ ਹਾਂਜੀ ਨਹੀਂ ਮੈਂ ਮੈਂ ਨਾ ਇੱਕ ਵਾਰੀ ਮੈਨੂੰ ਬਹੁਤ ਸ਼ੌਂਕ ਹੁੰਦਾ ਹੈ ਹਲਵਾਈ ਜਿੱਥੇ ਬੰਦੇ ਨਾ ਕਿ ਯਾਰ ਇਹ ਕਿ ਕਿੱਦਾਂ ਕਰਦੇ ਹਨ ਮੈਨੂੰ ਬਹੁਤ ਸ਼ੌਂਕ ਆਏ ਕੁਕਿੰਗ ਦਾ ਤੇ ਉਹ ਸ਼ੋਅਸ ਦੇਖਣ ਦਾ ਕੁਕਿੰਗ ਸ਼ੋਅਸ ਦੇਖਣ ਦਾ ਤੇ ਮੈਂ ਇੱਕ ਇੱਕ ਵਾਰੀ ਕਿਸੇ ਨਾਲ ਡਿਸਕਸ ਕਰ ਰਿਹਾ ਸੀ ਮੈਂ ਕਿ ਯਾਰ ਕਿਹੜੀ ਐਸੀ ਚੀਜ਼ ਆ ਜਿਹੜੀ ਜ਼ਰੂਰੀ ਹੋਣੀ ਚਾਹੀਦੀ ਫੂਡ 'ਚ ਕਹਿੰਦਾ ਯਾਰ ਆ ਸਾਰੀ ਗੇਮ ਗਰੇਵੀ ਦੀ ਆ ਕਰੈਕਟ ਇਹ ਬਣਾਉਣੀ ਸਿੱਖ ਲਓ ਸਾਰੇ ਬਾਕੀ ਦਾ ਪਾਣਾ ਹੀ ਆ ਇਹਦੇ ਚ ਹੀ ਬੰਦੀਆਂ ਸੋ ਇਹ ਤਾਂ ਸੱਚ ਹੈ ਯੈਸ ਕੁਕਿੰਗ ਅਸੀਂ ਢਾਬਾ ਖੋਲਣਾ ਹੀ ਹੈ ਕਿਤੇ ਉੱਤੇ ਥੱਲੇ ਹੋਇਆ ਨਾ ਫਿਲਮਾਂ ਫਿਲਮ ਵਾਲਾ ਕੰਮ ਅਸੀਂ ਢਾਬਾ ਖੋਲ ਲੈਣਾ ਪਤਰਾ ਐਂਡ ਭੁੱਲਰ ਯੈਸ ਕਮਬਾ ਟੂ ਵੀਜ਼ ਜਿਆਦੀ ਵੈਸ਼ਨੂ ਤੇ ਇੱਕ ਇੱਕ ਮੇਰੇ ਵਾਲਾ ਵੈਸ਼ਨੂ ਹੋਊਗਾ ਭਾਜੀ ਵਾਲਾ ਨਾ ਦੂਜਾ ਵੀ ਚੱਲੂਗਾ ਬਿਲਕੁਲ ਤੇ ਹੁਣ ਮੈਂ ਬੋਲਾਂਗੀ ਕੁਝ ਟਾਈਟਲਸ ਤੇ ਤੁਸੀਂ ਦੱਸਣਾ ਹੈ ਕਿ ਆਪਨੀ ਇੰਡਸਟਰੀ ਚ ਉਹ ਸਭ ਤੋਂ ਵੱਧ ਫਿੱਟ ਕੀਦੇ ਦੇ ਬੈਂਦਾ ਹੈ ਡੇਂਜਰਸ ਡਰਾਈਵਰ ਇਹ ਤਾਂ ਮੈਗੇਸ ਬੈਠਾ ਹੀ ਨਹੀਂ ਡੇਂਜਰਸ ਡਰਾਈਵਰ ਜਗਦੀਪ ਵੀਰਾ ਹੋ ਸਕਦਾ ਕਿ ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸ਼ੇਰਾ ਜਾਂ ਜਿਗਰਾ ਸ਼ੇਰਾ ਜਾਂ ਜਿਗਰਾ ਯਾਰ ਇਹ ਤਾਂ ਹੁਣ ਸਾਰੀ ਵਧੀਆ ਨੇ ਮੈਂ ਇੰਨਾ ਬੱਸ ਦੇਖੋ ਬਈ ਇਹ ਤਾਂ ਗੱਲ ਹੈ ਸਾਰਿਆਂ ਦਾ ਜਿਗਰਾ ਹੀ ਹੈ ਜਿਹੜੇ ਵਿਚਾਰੇ ਇੱਥੇ ਤੱਕ ਪਹੁੰਚ ਗਏ ਸੋ ਇਸ 'ਚ ਤਾਂ ਸਾਰੇ ਆਣਗੇ ਪਰ ਦਲਜੀਤ ਭਾਜੀ ਨੇ ਜ਼ੋਰ ਜ਼ਿਆਦਾ ਬਾਲੀਵੁੱਡ ਤੱਕ ਪਹੁੰਚਾਣ ਦਾ ਲਾਇਆ ਦਲਜੀਤ ਭਾਜੀ ਵਾਕਈ ਉਹਨਾਂ ਦਾ ਜਿਗਰਾ ਦਲਜੀਤ ਦੂਸਾਨ ਜੀ ਮੂਫਟ ਮੂਫਟ ਜਗਦੀਪ ਸਿੱਧੂ ਨੱਚਣ ਨੂੰ ਕਾਲਾ ਨੱਚਨ ਨੂੰ ਕਾਲਾ ਸਰਗੁਣ मेहता ਬੈਸਟ ਫਿਜ਼ਿਕ ਸੋਨੰਬਾਜਵਾ ਹਰ ਵੇਲੇ ਖਿਜਿਆ ਖਿਜਿਆ ਤਾਂ ਨਹੀਂ ਕੋਈ ਰਹਿੰਦਾ ਸਾਰੇ ਬਹੁਤ ਖੁਸ਼ਦਿਲ ਐ ਖਿਜਿਆ ਨਿਰਮਲ ਜੀ ਬੰ ਨਹੀਂ ਉਹ ਕੁਛ ਰਹਿੰਦਾ ਦਰ ਲਾਦਾ ਮੈਨੂੰ ਤਾਂ ਉਹ ਤਾਂ ਉਹ ਬਹੁਣੇ ਹੀ ਪਸ ਨਹੀਂ ਉਹ ਕੈਰੈਕਟਰ ਇੰਦਾ ਦਾ ਹੈ ਮੈਨੂੰ ਵੈ ਕੁਛ ਰਹਿੰਦਾ ਮੈਨਾਂ ਉਹਦੀਆਂ ਫਿਲਮਾਂ ਹੀ ਇਹ ਜਿਹੇ ਪਹਿਲਾਂ ਦੇਖਿਆ ਨਾ ਇੰਡਸਟਰੀ ਚ ਆਉਣ ਤੋਂ ਪਹਿਲਾਂ ਸਾਰੀਆਂ ਫਿਲਮਾਂ ਚ ਉਹ ਅੜਪਾ ਜਾ ਰੋਲ ਹੀ ਕਰਦੇ ਆ ਮੈਨੂੰ ਉਹ ਬਲੀਵ ਨਹੀਂ ਹੁੰਦਾ ਵੀ ਉਹ ਉਹ ਨਾਰਮਲ ਇਨਸਾਨ ਹੈ ਮੈਨੂੰ ਦਾ ਕੈਰੈਕਟਰ ਹੀ ਲੱਗਦਾ ਹਮੇਸ਼ਾ ਉਹਨਾਂ ਨੇ ਕੀਤਾ ਬਹੁਤ ਵਧੀਆ ਕੈਰੈਕਟਰ ਔਰ ਮੈਂ ਜਦ ਜਦ ਇਹਨੂੰ ਮਿਲਦਾ ਬਸ ਮੈਨੂੰ ਹੁੰਦਾ ਕਿ ਵਾ ਸੱਸੀ ਘਲ ਕਹਿ ਕੇ ਜਿਵੇਂ ਦਾਦੀ ਨਹੀਂ ਅੜਪਾ ਦਾਦੀ ਹੁੰਦੀ ਭੱਜ ਜਾ ਮਿਲ ਕੇ ਚਾਹ ਬਣਾ ਲਓ ਯਾਰ ਐਮੀ ਵਿਰਖ ਬਸ ਆ ਗਿਆ 5 ਮਿੰਟਾਂ 'ਚ ਐ ਮੈਂ ਤਾਂ ਨਹੀਂ ਇਹ ਕਿਸੇ ਬੰਦੇ ਨੂੰ ਜਾਣਦਾ ਭਾਜੀ ਮੈਂ ਚੜਦਾ ਨਿੰਜਾ ਮੈਨੂੰ ਯਾਦ ਆ ਹਾਈਲਡ ਜਾ ਰਹੀਆਂ ਦੀ ਸ਼ੂਟਿੰਗ ਤੇ ਬਾਹੀ ਰੋਟੀ ਖਾਣ ਗਿਆ ਨਹੀਂ ਮੁੜਿਆ ਨਿੰਜਾ ਗੱਲਾਂ ਦੇ ਸੁਰ ਤਾਂ ਬਹੁਤ ਛੇੜ ਲਏ ਹੁਣ ਵਾਰੀ ਐ ਦਿਲਾਂ ਦੇ ਸੁਰ ਛੇੜਨ ਦੀ ਯਾਨੀ ਸੁਰੇਲੀ ਦੇ ਸਰਪ੍ਰਾਈਜ਼ਸ ਦੀ ਤੇ ਸਭ ਤੋਂ ਪਹਿਲਾ ਸਰਪ੍ਰਾਈਜ਼ ਪਤਰਾ ਸਾਹਿਬ ਤੁਹਾਡੇ ਲਈ ਵੰਕੀ ਬਤਰਾ ਬਦੀ ਬਹੁਤ ਹੀ ਜੰਗੇ ਇਨਸਾਨ ਔਰ ਵਨ ਆਫ ਦਾ ਬੈਸਟ ਡਾਇਰੈਕਟਰ ਸਾਡੀ ਇਸ ਇੰਡਸਟਰੀ ਦੇ ਮੈਂ ਬlesd ਹਾਂ ਵੀ ਮੇਰਾ ਡੈਬਿਊ ਭਾਜੀ ਨਾਲ ਹੋਇਆ ਔਰ ਮੈਂ ਇੱਕ ਬਹੁਤ ਹੀ ਖੂਬਸੂਰਤ ਚੀਜ਼ ਜੋ ਭਾਜੀ ਤੋਂ ਸਿੱਖੀ ਉਹ ਏ ਕਿ ਆਪਣੇ ਕੰਮ ਲਈ ਕਿੰਨਾ ਇਮਾਨਦਾਰ ਹੋਣਾ ਚਾਹੀਦਾ ਆਪਣੇ ਕੰਮ ਲਈ ਕਿੰਨਾ ਪੈਸ਼ਨਟ ਹੋਣਾ ਚਾਹੀਦਾ ਬੰਦਾ ਔਰ ਜਿਹੜਾ ਗੋਰੀਆ ਨੂੰ ਦਫਾ ਕਰੋ ਤੋਂ ਲੈ ਕੇ ਫੁੱਫੜਜੀ ਤੱਕ ਦਾ ਜਿਹੜਾ ਸਫਰ ਹੈ ਹਰ ਸਾਲ ਹਿੱਟ ਦੇਣ ਦਾ ਉਹ ਇਹੀ ਰੀਜ਼ਨ ਹੈ ਵੀ ਭਾਦੀ ਆਪਣੇ ਕੰਮ ਲਈ ਬਹੁਤ ਬਹੁਤ ਜ਼ਿਆਦਾ ਇਮਾਨਦਾਰ ਨੇ ਚਾਹੇ ਕੋਈ ਵੀ ਸਿਚੁਏਸ਼ਨ ਹੋਵੇ ਹਮੇਸ਼ਾ ਫੀਲਡ 'ਚ ਭਾਈ ਦੇ ਫੇਸ ਤੇ ਇੱਕ ਸਮਾਈਲ ਹੁੰਦੀ ਆ ਕੁਝ ਨਹੀਂ ਅਗੇ ਵਧਾਂਗੇ ਅਗੇ ਵਧਾਂਗੇ ਮੈਂ ਦੁਆ ਕਰਦਾ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਆਬਾਦ ਰੱਖੇ ਤੇ ਹਰ ਸਾਲ ਹਿੱਟ ਦਿੰਦਾ ਸਿਲਸਿਲਾ ਇਦਾਂ ਹੀ ਬਣਿਆ ਰਹੇ ਲਵ ਯੂ ਭਾਜੀ ਥੈਂਕ ਯੂ ਲਵ ਯੂ ਸੋ ਮਚ ਥੈਂਕ ਯੂ ਨਿੰਜਾ ਬਾਜੀ ਫੋਰਫੋਰ ਜੀ ਦੀ ਸਾਰੀ ਟੀਮ ਨੂੰ ਗੁਰਨਾਮ ਵੀਰੇ ਨੂੰ ਬਿੰਨੂ ਭਾਜੀ ਨੂੰ ਜੈਸਮੀਨ ਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਬਸ ਬਈ ਇੱਛਾ ਜੋ ਲਵ ਯੂ ਭਾਜੀ ਥੈਂਕ ਯੂ ਥੈਂਕ ਯੂ ਨਿੰਜਾ ਭਾਜੀ ਥੈਂਕ ਯੂ ਥੈਂਕ ਯੂ ਨਿੰਜਾ ਵੀਰੇ ਥੈਂਕ ਯੂ ਸੋ ਮੱਚ ਬੜੀ ਖੁਸ਼ੀ ਹੋਈ ਤੁਸੀਂ ਇੰਨੀਆਂ ਦੁਆਵਾਂ ਦਿੱਤੀਆਂ ਸਾਨੂੰ ਥੈਂਕ ਯੂ ਸੋ ਮੱਚ ਤੁਹਾਨੂੰ ਵੀ ਆਲ ਦਾ ਬੈਸਟ ਫਾਰ ਦੇ ਨਵੇਂ ਪ੍ਰੋਜੈਕਟਸ ਲਈ ਯੈਸ ਗੁਰਨਾਮ ਨਾਓ ਇਟਸ ਯੋਰ ਟਰਨ ਇਨਾ ਸਸਪੈਂਸ ਚਲਾ ਗਿਆ ਹਾਈ ਪੱਲਰ ਬாய் ਪਹਿਚਾਨੋ ਕੌਣ ਸੋ મેઘુ નામ ਦੇ ਬਾਰੇ ਕੁਝ ਚੀਜ਼ਾਂ ਸ਼ੇਅਰ ਕਰਨਾ ਚਾਹਾਂਗੀ ਅਸੀਂ ਗੁੱਡੀਆਂ ਬਟੋਲੇ ਤੇ ਮਿਲੇ ਸੀ ਸੋ ਹੀ ਸਟਾਰਟਡ ਹਿਸ ਐਕਟਿੰਗ ਕੈਰੀਅਰ ਆਈ ਵਾਸ ਵੈਰੀ ਨਿਊ ਇਨਟੂ ਦ ਇੰਡਸਟਰੀ ਐਂਡ ਬਟ ਹੀ ਵਾਸ ਅ ਨੋਨ ਸਿੰਗਰ ਈਵਨ ਐਟ ਦੈਟ ਟਾਈਮ ਸੋ ਮੈਂ ਗੁਰਨਾਮ ਨੂੰ ਮਿਹਨਤ ਕਰਦੇ ਗਰੋ ਕਰਦੇ ਵੇਖਿਆ ਆਈ ਹੈਵ ਸੀਨ ਹਿਮ ਰਸ਼ਿੰਗ ਫਰੋਮ ਸੈਟ ਟੂ ਸਟੇजेस ਪੱਛ ਦੌੜ ਕੇ ਇਜ਼ ਵੈਰੀ ਐਨਰਜੈਟਿਕ ਕਿ ਕੰਮ ਆਪਣਾ ਐਂਡ ਆਫ ਦ ਡੇ ਕੰਪਲੀਟ ਕਰ ਹੀ ਲੈਂਦਾ ਹੈ And then I've seen his growth from being singer to actor to producer now and Halevi he is same. Halevi he's just rushing from one place to another for his work and I admire that energy in him for his work or the dedication and singing is his first priority ever that I know. <laughs> so i wish all the good luck to you kunnam keep on growing keep on rocking and just keep on making wonderful film i'm again excited to start our shoot cheti cheti set te a jao theek hai ji thank you so much thank you nice yaar i love you so much te ya asi asi ikatthe jivein start kita hai naye kalakar naye student bharti nahi hunde class ch te memory the a guddiya tolle sadi badi pyari memory a te तानिया ने भी बहुत मेहनत की है हुन इत्थे तक ਪਹੁੰਚਣ ਲਈ ਸੁਫਨਾ اور ਬਾਜਰੇ ਦਾ ਸੱਟਾ اور ਹੁਣ ਅਸੀਂ ਲੇਖ ਚ ਫਾਈਨਲੀ ਜੋ ਅਸੀਂ ਦੋਨੇ ਮਿਲਾਦਾ ਕਿ ਅਸੀਂ ਏਜ ਮੇਟਸ ਆਂ ਔਰ ਜੋ ਅਸੀਂ ਇਕੱਠੇ ਕਰ ਸਕਦੇ ਸੀ ਉਹ ਫਾਈਨਲੀ ਹੋ ਰਿਹਾ ਸੋ थैंक यू तानिया ਤੁਸੀਂ ਦੁਆ ਕਰੋ ਕਿ ਇਸ ਪਫੜ ਦੀ ਸੁਪਰ ਹਟ ਹੋਵੇ ਫਿਰ ਆਪਾਂ ਲੇਖ ਵੀ ਸੁਪਰ ਹਟ ਹੋਵੇ ਬਹੁਤ ਬਹੁਤ ਜਲਦੀ ਆਪਾਂ ਸਾਰੇ ਇਕੱਠੇ ਹੁੰਨੇ ਆਂ ਤੇ ਲੇਖ ਵੀ ਬਹੁਤ ਜਲਦੀ ਆ ਰਹੀ ਹੈ ਯੈਸ ਲਵ ਯੂ ਸੋ ਮਚ ਕਿਦਾਂ ਲੱਗੇ ਸ੍ਰੀਲੀ ਦੇ ਸਰਪ੍ਰਾਈਜ਼ਸ ਵੈਰੀ ਗੁੱਡ ਕੈਨਟ ਸੀ ਨਾ ਅਮੇਜ਼ਿੰਗ ਖੁਦ ਆਪਣੇ ਆਪ ਦੀ ਮੈਂ ਕੀ ਸਿਫਤ ਕਰਾਂ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਗੇਮਿੰਗ ਸੈਗਮੈਂਟ ਦੇ ਵਿੱਚ ਜਿੱਥੇ ਤੁਸੀਂ ਬੁਝਣੀਆਂ ਨੇ ਫਿਲਮਾਂ ਕਰਕੇ ਇੰਗਲਿਸ਼ ਟੂ ਪੰਜਾਬੀ ਚ ਚੇਂਜ ਤੇ ਹਰ ਸਹੀ ਸਵਾਲ ਦੇਣ ਵਾਲੇ ਨੂੰ ਮਿਲਣਗੇ 10 ਪੁਆਇੰਟਸ ਸੋ ਗੈਸ ਦ ਪੰਜਾਬੀ ਮੂਵੀਜ਼ ਬਾਈ देयर ਇੰਗਲਿਸ਼ ਨੇਮਸ

ਹਾਂ ਠੀਕ ਹੈ ਮਹੀ ਐਨਆਰਆਈ ਅੱਛਾ ਐਦਾ ਹੈ ਪੂਰਾ ਵੀ ਉਧਰ ਓਕੇ 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 ਸੌਰੀ ਚਲੋ ਜੀ ਦੋਨੋਂ ਫਿਰ ਫੇਲ ਹੋ ਗਏ ਓ ਮਾਈ ਡੀਅਰ ਮੂਨ ਚੰਨਾ ਮੇਰਾ ਚੰਨਾ ਮੇਰਾ ਇਹ ਤਾਂ ਰਾਈਟ ਕਹਿ ਦਿਓ ਯਾਰ ਇਹ ਤਾਂ ਮੇਰੀ ਆਪਣੀ ਫਿਲਮ ਹੈ ਗਿਵ ਮੀ ਅ ਬாய் ਮੁੰਡਾ ਚਾਹੀਦਾ ਹਾਂ ਇਹ ਤਾਂ ਚਲੋ ਆਸਾਨ ਹੈ ਇਹ ਇਹ ਹੋਇਆ ਨਾ

ਕ੍ਰੇਜ਼ੀ ਪੀਪਲ ਕ੍ਰੇਜ਼ੀ ਟੱਬਰ ਚੱਲੇ 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 ਯੈਸ ਤੇ ਇਸ ਗੇਮ ਦੇ ਵਿਨਰ ਨੇ ਗੁਰਨਾਮ ਪੁਲਰ ਉਹ ਗੋ ਗਿਫਟ ਕੋਈ ਹਾਂ ਬਸ ਸੁੱਕਾ ਹੀ ਵਿਨਰ ਸੁੱਕਾ ਹੀ ਵਿਨਰ ਜੀ ਹਾਂ ਜੀ ਅਗਲਾ ਕੰਮ ਬੋਇਸ ਭਾਈ ਮਜ਼ਾ ਆ ਰਿਹਾ ਤੇ ਹੁਣ ਦੇਖਦੇ ਆ ਕੌਣ ਕਿਨੂੰ ਚੰਗੀ ਤਰ੍ਹਾਂ ਜਾਣਦਾ ਹੈ टू ट्रुथ वन लाई दे नाल कम सिंपल है बॉस ਤੁਸੀਂ ਇੱਕ ਦੂਜੇ ਨੂੰ ਪੁੱਛੋਗੇ ਆਪਦੀ ਲਾਈਫ ਦੇ 10 ਸਟੇਟਮੈਂਟ ਤੇ ਸੁਣਨ ਵਾਲੇ ਨੇ ਦੱਸਣਾ ਝੂਠ ਕਿਹੜੀ ਹੈ ਕਰੀਏ ਸ਼ੁਰੂ ਹਾਂਜੀ ਚਲੋ ਜੀ ਕਿਹੜਾ ਪਹਿਲੇ ਸ਼ੁਰੂ ਕਰੇਗਾ ਚੱਕੋ ਜੀ ਹਾਂ ਓਕੇ ਸੋ ਇਹਨਾਂ ਤਿੰਨਾਂ ਦਾ ਤੁਸੀਂ ਦੇਖਣਾ ਹੈ ਕਿ ਕਿਹੜੀ ਝੂਠ ਹੈ ਮੈਨੂੰ ਇਹਦਾ ਲੱਗਦਾ ਜਿਆਦਾ ਇੱਕ ਤੋਂ ਜਿਆਦਾ ਵੀ ਝੂਠ ਹੋ ਸਕਦੀਆਂ ਮੈਂ ਪਹਿਲੀ ਹੋਣ ਵਾਲਾ ਬੋਲੋ ਤੇ ਪਹਿਲੀ ਇਹ ਮੈਨੂੰ ਘੜੀਆਂ ਦਾ ਬਹੁਤ ਸ਼ੌਕ ਹੈ ਦੂਜੀ ਮੈਨੂੰ ਆਪਣੇ ਪਹਿਲੇ ਅਖਾੜੇ ਲਈ 1.5 ਲੱਖ ਰੁਪਏ ਮਿਲਿਆ ਸੀ ਤੀਜਾ ਕਿਸਮਤ ਫਿਲਮ ਮੈਨੂੰ ਆਫਰ ਹੋਈ ਸੀ ਘੜੀਆਂ ਦਾ ਸ਼ੌਕ ਹੀ ਗਲਤ ਹੈ ਤੇ ਕਿਸਮਤ ਫਿਲਮ ਤੁਹਾਨੂੰ ਆਫਰ ਹੋਈ ਸੀ ਨਹੀਂ ਇਹ ਤਿੰਨੇ ਹੀ ਮਤਲਬ ਘੜੀਆਂ ਦਾ ਸ਼ੌਕ ਹੈ ਹਾਂ ਬਾਕੀ 1.5 ਲੱਖ ਅਖਾੜੇ ਤੇ ਮਿਲੇ ਕਿਤੇ ਮਿਲੇ 5000 ਰੁਪਏ ਵੀ ਨਹੀਂ ਮਿਲਿਆ ਸੀ ਪਹਿਲੇ ਅਖਾੜੇ ਦਾ ਓਕੇ ਮੈਂ ਪਲੱਸ 2 ਚ ਡਿਸਟ੍ਰਿਕਟ ਟਾਪਰ ਸੀ ਮੈਂ ਫਾਜ਼ਿਲ ਕਾ ਆਈਡਲ ਦਾ ਸਿੰਗਿੰਗ ਟਾਈਟਲ ਜਿੱਤਿਆ ਹੋਇਆ ਮੈਂ ਲੈਲਪੁਰ ਖਾਲਸਾ ਕਾਲਜ ਦਾ ਪੜਿਆ ਹੋਇਆ ਇਹ ਲੈਲਪੁਰ ਖਾਲਸਾ ਕਾਲਜ ਚ ਨਹੀਂ ਪੜਿਆ ਸੀ ਯੈਸ ਪਹਿਲੇ ਦੋਨੇ ਸਹੀ ਹੈ ਦੋਨੇ ਸਹੀ ਹੈ ਇਹ ਮੈਨੂੰ ਪਤਾ ਹੈ ਇਹ ਤੁਹਾਨੂੰ ਪਤਾ ਪਿਛਲਾ ਇਹਨਾਂ ਨੂੰ ਪਤਾ ਨਹੀਂ ਹੋਣਾ 1.5 ਲੱਖ ਰੁਪਏ ਇਹਨਾਂ ਨੇ ਤਸਵੀਰ ਭਾਈ ਨੂੰ ਹੋਣ ਕੀਤਾ ਹੋਣਾ ਜਦੋਂ ਮੈਂ ਉਦੋਂ ਮਿਲਿਆ ਹੋਣਾ ਰੇ ਹਾਂ ਪਹਿਲਾਂ ਤਾਂ ਪਹਿਲੇ ਘਾੜੇ ਦਾ ਸਾਡੇ ਪੱਲੋਂ ਪੈ ਜਾਂਦੇ ਕੀ ਯਾਰੀ ਆਓ ਜੀ ਮੈਂ 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 ਪੜਾ ਹੁਣ ਤੁਸੀਂ ਪੜੋ ਭਾਈ ਲਓ ਜੀ ਅ ਰੀਜਾ ਐਜ਼ ਇਨ ਡਾਇਰੈਕਟਰ ਮੇਰੀ ਪਹਿਲੀ ਫਿਲਮ ਸੀਗੀ ਮੇਰਾ ਜਨਮ ਲੁਧਿਆਣੇ ਦਾ ਹੈ ਮੈਨੂੰ ਬੰਬੂਗਾਰਡ ਲਈ ਫਿਲਮ ਫਿਰ ਮਿਲਿਆ ਸੀ ਬੰਬੂਗਾਰਡ ਲਈ ਫਿਲਮ ਫਿਰ ਮਿਲਿਆ ਸੀ ਤੇ ਰੀਜਾ ਤੁਹਾਡੀ ਪਹਿਲੀ ਫਿਲਮ ਨਹੀਂ ਸੀ ਸੀ ਰੀਜਾ ਸੀ ਹਾਂ ਓਕੇ ਉਹ ਮੇਰੀ ਰਿਲੀਜ਼ ਨਹੀਂ ਹੋਈ ਤੇ ਮੇਰਾ ਜਨਮ ਲੁਧਿਆਣੇ ਦਾ ਉਹ ਚੰਡੀਗੜ੍ਹ ਦਾ ਹੈ ਉਹ ਰੋਂਗੈਸਟ ਓਕੇ ਦੁਜਾ ਕਿ ਮੈਂ ਬਿਨੂ ਟਿਲੋਂ ਨਾਲ 6 ਫਿਲਮਾਂ ਕੀਤੀਆਂ ਮੇਰੇ ਘਰ ਦਾ ਨਾਮ ਰੌਕੀ ਹੈ ਮੇਰਾ ਫਿਲਮਾਂ ਤੋਂ ਪਹਿਲੇ ਮਾਰਕੀਟਿੰਗ ਦਾ ਕੰਮ ਕੀਤਾ ਹੋਇਆ ਹੈ ਮੈਂ ਫਿਲਮਾਂ ਤੋਂ ਪਹਿਲੇ ਮਾਰਕੀਟਿੰਗ ਚ ਕੰਮ ਕੀਤਾ ਹੋਇਆ ਮੇਰੇ ਘਰ ਦਾ ਨਾਮ ਰੌਕੀ ਹੈ ਤੇ ਮੈਂ ਬੀਨੂ ਢਿੱਲੋਂ ਨਾਲ 6 ਫਿਲਮਾਂ ਕੀਤੀਆਂ ਮੈਂ ਘਰ ਦਾ ਨਾਮ ਰੌਕੀ ਗਲਤ ਹੋ ਸਕਦਾ ਨਹੀਂ ਹਾਂ ਚਾਹੀਏ ਉਹ ਗਲਤ ਨਾ ਰੌਕੀ ਨਹੀਂ ਗਲਤ ਹੈ ਬਸ ਤੇ ਮਾਰਕੀਟਿੰਗ ਵਾਲਾ ਸਹੀ ਹੈ ਸਹੀ ਹੈ ਮੈਂ ਕੀਤੀ ਹੈ ਤੁਸੀਂ ਮਾਰਕਟਿੰਗ ਕੀਤੀ ਹੈ ਪਹਿਲਾਂ ਮੈਂ ਡੀਨ ਐਕਸਪੀਰਟ ਸੀਗਾ oh wow ਗੋਲਜੀ ਹੋ ਗਿਆ ਗੁਨਾਮ ਭੱਲੜੀ ਜਿੱਤਿਆ ਭੱਲੜਾ ਸਾਹਿਬ ਐਂਡ ਬਤਰਾ ਸਾਹਿਬ ਹੁਣ ਵੇਲਾ ਵਿਦਾ ਲੈਣ ਦਾ ਅੱਜ ਦੇ ਡਾਇਰੈਕਟਰ ਤੇ ਐਕਟਰ ਦੀ ਜੋੜੀ ਨੇ ਤਾਂ ਸਿਰਾਂ ਲਾਤਾ ਤੇ ਉਮੀਦ ਕਰਦੇ ਹਾਂ ਤੁਹਾਡੀ ਫਿਲਮ ਫੁੱਫੜ ਜਿਹੀ ਬਾਕਸ ਆਫਿਸ ਤੇ ਸਿਰਾਂ ਲਾਉ ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈਣੀ ਪਊਗੀ ਸੈਲਫੀ ਸੁਰੀਲੀ ਦੇ ਨਾਲ I don't uh, ਪਪੜਾ ਕੁਝ ਵਾਗ ਨਹੀਂ